ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਕਾਫੀ ਕੁਝ ਨਵਾਂ ਵਾਪਰ ਗਿਆ ਪਿਛਲੇ 24 ਘੰਟਿਆਂ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਪਰ ਉਸ ਤੋਂ ਪਹਿਲਾਂ ਇੱਕ ਤਾਗੀਦ ਇੱਕ ਜ਼ਰੂਰੀ ਗੱਲਾਂ ਜਿਹੜੀਆਂ ਆਪਾਂ ਨੂੰ ਹਰ ਇਦਾਰੇ ਨੂੰ ਹਰ ਪ੍ਰੋਗਰਾਮ ਨੂੰ ਜੋ ਹੈ ਤੁਹਾਡੇ ਸਹਿਯੋਗ ਦੀ ਲੋੜ ਹੁੰਦੀ ਹੈ। ਇਵੈਂਟ ਖੁੱਲ ਚੁੱਕੇ ਨੇ, ਬਿਜ਼ਨਸ ਵਾਧਾ ਕਰਨਾ ਹੋਇਆ ਤਾਂ ਸਾਨੂੰ ਜ਼ਰੂਰ ਯਾਦ ਕਰੋ info@justbroadcasting.com ਜਾਂ 209-400-3862 'ਤੇ ਫੋਨ ਕਰ ਸਕਦੇ ਹੋ। ਦਰਸ਼ਕੋ ਪਿਛਲੇ 24 ਘੰਟਿਆਂ ਦੇ ਵਿੱਚ ਸਾਰ ਤੋਂ ਪਹਿਲਾਂ ਤਾਂ ਆਪਾਂ ਵਧਾਈ ਦਿੰਦੇ ਹਾਂ ਕੈਨੇਡਾ ਵਾਸੀਆਂ ਨੂੰ, ਸਾਡੇ ਜਿਹੜੇ ਦਰਸ਼ਕ ਕੈਨੇਡਾ 'ਚ ਆ, ਅੱਜ ਕੈਨੇਡਾ ਡੇ ਆ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ NCP ਨੇਤਾ ਸ਼ਰਦ ਪਵਾਰ ਵੱਲੋਂ 3 ਕ੍ਰਿਸ਼ੀ ਕਾਨੂੰਨਾਂ ਦਾ ਜੋ ਹੈ ਸਪੋਰਟ ਕੀਤੀ ਜਾਣੀ। ਉਹਨਾਂ ਦਾ ਅੱਜ ਇੱਕ ਬਿਆਨ ਜਾਰੀ ਹੋਇਆ ਕਿ 3 ਕਾਨੂੰਨ ਕਾਫੀ ਹੱਦ ਤੱਕ ਸਹੀ ਨੇ, ਜੇ ਕੋਈ ਚੇਂਜਸ ਕਰਾਉਣੀਆਂ ਤਾਂ ਉਹ ਕਰਵਾ ਸਕਦੇ ਹਾਂ, ਪਰ ਇਹਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਕੀਤੀ ਜਾ ਸਕਦੀ। ਕਈ ਚੀਜ਼ਾਂ ਵੱਲ ਇਸ਼ਾਰੇ ਕਰਦਾ ਇਹ। ਉਸ ਤੋਂ ਬਾਅਦ ਗੱਲ ਕਰਦੇ ਹਾਂ ਡੈਲਟਾ ਵੇਰੀਐਂਟ ਜਿਹੜਾ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਅਤੇ ਜੰਮੂ ਕਸ਼ਮੀਰ 'ਚ ਕਈ ਜਗ੍ਹਾ ਪਾਇਆ ਗਿਆ ਅਤੇ ਹੁਣ 96 ਕੰਟਰੀਆਂ ਦੇ ਵਿੱਚ ਪਾਇਆ ਗਿਆ। WHO ਦੀ ਵਾਰਨਿੰਗ ਹੈ ਦਰਸ਼ਕੋ ਕਿ ਆਉਣ ਵਾਲੇ ਦਿਨ ਥੋੜ੍ਹੇ ਜਿਹੇ ਖਤਰਨਾਕ ਵੀ ਹੋ ਸਕਦੇ ਨੇ, ਸੋ ਵਿਸਲੇ ਹੋਣ ਦੀ ਲੋੜ ਨਹੀਂ, ਆਪਣਾ ਪੂਰਾ ਖਿਆਲ ਰੱਖਣਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਦਰਸ਼ਕੋ, ਕਾਫੀ ਚੁਕਾਉਣੇ ਵਾਲੀਆਂ ਜਿਹੜੀਆਂ ਗੱਲਾਂ ਆ ਰਹੀਆਂ ਕੰਟਰੈਕਟ ਬੇਸ ਮੈਰਿਜ, ਖਾਸ ਕਰਕੇ ਪੰਜਾਬ 'ਚ ਜਿਹੜੀ ਵਿਦੇਸ਼ 'ਚ ਜਾਣ ਦੀ ਲਾਲਸਾ ਹੈ, ਪਿਛਲੇ 3 ਮਹੀਨਿਆਂ ਦੇ ਜਿਹੜਾ ਟਾਈਮ ਲੰਘਿਆ ਆ ਉਹਦੇ ਵਿੱਚ 3600 ਕੇਸ ਇੱਦਾਂ ਦੇ ਆਏ ਜਿੱਥੇ ਕਿ ਕੁੜੀਆਂ ਨੇ ਪੈਸੇ ਲੈ ਕੇ ਵਿਆਹ ਕੀਤਾ ਕਿ ਮੁੰਡੇ ਨੂੰ ਬਾਹਰ ਅਸੀਂ ਕਿਸੇ ਡਿਵੈਲਪ ਕੰਟਰੀ ਦੇ ਵਿੱਚ ਅਸੀਂ ਸੈੱਟ ਕਰਾਂਗੇ ਅਤੇ ਉਸ ਤੋਂ ਬਾਅਦ ਉੱਥੋਂ ਉਹ ਕੁੜੀਆਂ ਦਾ ਫੋਨ ਵੀ ਨਹੀਂ ਚੱਕਦੇ, ਕੁੜੀਆਂ ਨੇ ਫੋਨ ਆਪਦਾ ਨੰਬਰ ਚੇਂਜ ਕਰ ਲਿਆ ਅਤੇ ਉਸ ਤੋਂ ਬਾਅਦ ਉਹ ਮੁੰਡੇ ਵਾਲਿਆਂ ਨਾਲ ਕੋਈ ਰਾਬਤਾ ਨਹੀਂ ਹੋਇਆ। 3600 ਪਿਛਲੇ 3 ਮਹੀਨਿਆਂ ਦੇ ਵਿੱਚ ਕੇਸ ਆਏ ਆ। ਅਤੇ ਗੱਲ ਕਰਦੇ ਇੱਕ ਪਾਸੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਰਪਲਸ ਬਿਜਲੀ ਪਈ ਹੈ, ਪਰ ਅੰਤਾਂ ਦੀ ਗਰਮੀ ਹੋਣ ਤੋਂ ਬਾਅਦ ਦਰਸ਼ਕੋ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਨੇ ਪੰਜਾਬ ਦੇ ਵਿੱਚ। ਇਹ ਤਾਂ ਦਰਸ਼ਕੋ ਧਿਆਨ ਮੰਗਦੇ ਜਿਹੜਾ ਅਸੀਂ ਟੌਪਿਕ ਲੈ ਕੇ ਆਏ ਅੱਜ, ਬਹੁਤ ਹੀ ਜਿੱਦਾਂ ਧਿਆਨ ਮੰਗਦਾ ਕਿ ਆਪਾਂ ਨੂੰ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ। ਹੋ ਸਕਦਾ ਬਹੁਤ ਚਿਰਾਂ ਦਾ ਕੰਮ ਚੱਲਦਾ ਹੋਵੇ, ਲੇਕਿਨ ਜਿਹੜੇ ਆਂਕੜੇ ਮੁਹਰੇ ਆਏ ਆ ਹਿਊਮਨ ਟ੍ਰੈਫਿਕਿੰਗ ਦੇ, ਛੋਟੇ ਬੱਚਿਆਂ ਦੀ ਕਿਡਨੈਪਿੰਗ, ਉਸ ਤੋਂ ਬਾਅਦ ਮੁੰਡਿਆਂ ਨੂੰ ਜਾਂ ਕੁੜੀਆਂ ਨੂੰ ਭੀਖ ਮੰਗਾਈ ਜਾਣਾ, ਉਸ ਤੋਂ ਬਾਅਦ ਮੁੰਡਿਆਂ ਨੂੰ ਡਰੱਗਸ ਦੇ ਵਿੱਚ ਪਾ ਕੇ ਡਰੱਗਸ ਦਾ ਕੰਮ ਕਰਨਾ, ਕੁੜੀਆਂ ਨੂੰ ਹੋਰ ਦੂਸਰੇ ਗਲਤ ਧੰਦਿਆਂ ਵੱਲ ਲੈ ਕੇ ਜਾਣਾ, ਇਹ ਬਹੁਤ ਵੱਡਾ ਇਕੱਲੀ ਇੰਡੀਆ ਨਹੀਂ ਪੂਰੀ ਏਸ਼ੀਆ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਬਣ ਚੁੱਕਿਆ। ਦਰਸ਼ਕੋ ਮੈਂ ਜੋ ਗੱਲ ਕਰਨ ਜਾ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਦਾ ਕਾਜ਼ ਕੀ ਹੈ, ਕਾਰਨ ਕੀ ਹੈ ਇਸ ਚੀਜ਼ ਦਾ, ਆਰਥਿਕ ਮੰਦਹਾਲੀ ਹੋਣਾ, ਜਾਂ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਕਿ ਇੰਨੀ ਜ਼ਿਆਦਾ ਪਾਪੂਲੇਸ਼ਨਸ ਦੇ ਵਿੱਚ ਇਹ ਚੀਜ਼ਾਂ ਆਪੇ ਆਪ ਆ ਜਾਂਦੀਆਂ ਨੇ, ਪਰ ਇਹਦਾ ਪੂਰਾ ਜਿਹੜੇ ਅੰਕੜੇ ਹੈ ਇਹਦਾ ਕਾਰਨ ਅਤੇ ਇਹਦਾ ਸਲਿਊਸ਼ਨ ਲੈ ਕੇ ਆਪਣੇ ਨਾਲ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਬਣੇ ਹੋਏ ਨੇ ਪਟਿਆਲੇ ਤੋਂ, ਪਰ ਉਹਨਾਂ ਤੋਂ ਸਾਰਾ ਆਹ ਜਾਣਕਾਰੀ ਲਵਾਂਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ, ਗੁਲਾਲ ਵੱਲੋਂ ਤੁਹਾਨੂੰ ਤੁਹਾਡਾ ਸਵਾਗਤ ਜਸ ਪੰਜਾਬੀ ਦੇ ਮੰਚ 'ਤੇ ਜੀ। ਸਤਿ ਸ਼੍ਰੀ ਅਕਾਲ, ਅਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਨਿੱਘੀ ਫਤਿਹ ਜੀ। ਜੀ ਜੀ ਨਿੱਘੀ ਫਤਿਹ ਜੀ। ਡਾਕਟਰ ਸਾਹਿਬ ਸਿਹਤ ਠੀਕ ਹੈ ਤੁਹਾਡੀ? ਜੀ ਬਿਲਕੁਲ ਠੀਕ ਹੈ ਜੀ, ਪਰਿਵਾਰ ਠੀਕ ਹੈ। ਡਾਕਟਰ ਸਾਹਿਬ ਜਿਹੜੀ ਆਪਾਂ ਅੱਜ ਟੌਪਿਕ ਲੈ ਕੇ ਆਏ ਹਾਂ ਹਿਊਮਨ ਟ੍ਰੈਫਿਕਿੰਗ ਦਾ, ਛੋਟੇ ਬੱਚਿਆਂ ਦਾ, ਖਾਸ ਕਰਕੇ ਬੱਚਿਆਂ ਦਾ ਜਿਹਨੂੰ ਮਰਜ਼ੀ ਲੈ ਲਓ, ਹਾਲਾਤ ਜਿਹੜੇ ਆ ਦਿਨ ਪਰ ਦਿਨ ਵਿਗੜ ਰਹੇ ਆ। ਟੋਟਲ ਜਿਹੜੇ ਅੰਕੜੇ ਆਏ ਆ ਉਹ ਮਿਲੀਅਨਸ ਦੇ ਵਿੱਚ ਜਾ ਰਹੇ ਅਤੇ ਜਿਹੜਾ ਕਾਰੋਬਾਰ ਹੈ ਕਰੋੜਾਂ ਦਾ ਦੱਸਿਆ ਜਾ ਰਿਹਾ। ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਮੋਸਟ ਜਿਹੜੀ ਪ੍ਰੋਬਲਮ ਆਪਣੇ ਇੰਡੀਆ ਦੇ ਵਿੱਚ ਜਿਹੜੀ ਵੱਡੀ, ਇੱਕ ਕੇਸ ਤਾਂ ਆਪਣੇ ਤਰਨ ਤਾਰਨ ਲਾਗੇ ਵੀ ਹੁਣ ਆਇਆ, ਪਰ ਜ਼ਿਆਦਾ ਜਿਹੜਾ ਇਹ ਹਿਊਮਨ ਟ੍ਰੈਫਿਕਿੰਗ ਦਾ ਵੈਸਟ ਬੰਗਾਲ ਤੋਂ ਸ਼ੁਰੂ ਹੁੰਦਾ। ਆਪਾਂ ਕਿਸੇ ਇੱਕ ਸੂਬੇ 'ਤੇ ਉਂਗਲੀ ਨਹੀਂ ਚੱਕ ਸਕਦੇ, ਫਿਰ ਵੀ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਇਹਦੇ ਪਹਿਲਾਂ ਕਾਜ਼ ਦੱਸੋ, ਇਹਦਾ ਕਾਰਨ ਕੀ ਹੈ? ਦੇਖੋ ਪਹਿਲਾਂ ਥੋੜੇ ਜੇ ਆਪਾਂ ਸਮਝ ਸਕੀਏ ਅੰਕੜੇ ਕਿੰਨੇ ਕੁ ਨੇ, ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਰੀਸੈਂਟ ਅੰਕੜੇ ਆਏ ਨੇ ਉਹਨਾਂ ਅਨੁਸਾਰ 1.2 ਮਿਲੀਅਨ ਬੱਚੇ ਉਹਨਾਂ ਨੇ ਲੱਭ ਲਏ ਨੇ ਜਿਹੜੇ ਤਸਕਰੀ ਜਿਨ੍ਹਾਂ ਦੀ ਹੋਈ ਹੈ, ਟ੍ਰੈਫਿਕਿੰਗ ਹੋਈ ਹੈ ਅਰਾਊਂਡ ਦੀ ਵਰਲਡ। ਇਹ ਲੇਟੈਸਟ ਦਾ ਮਤਲਬ ਹੈ 2018 ਦੇ ਲੇਟੈਸਟ ਅੰਕੜੇ ਨੇ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਹੁਣ ਪਹਿਲੇ ਨੰਬਰ ਉੱਤੇ ਆ ਚੁੱਕਿਆ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ 40,000 ਦੇ ਕਰੀਬ ਬੱਚੇ ਅਗਵਾ ਕੀਤੇ ਜਾਂਦੇ ਨੇ ਹਰ ਸਾਲ, ਜਿਨ੍ਹਾਂ ਚੋਂ 11,000 ਦੇ ਕਰੀਬ ਦਾ ਪਤਾ ਹੀ ਨਹੀਂ ਲੱਗਦਾ ਕਦੇ ਵੀ ਕਿ ਉਹ ਕਿੱਥੇ ਗਏ, ਉਹ ਹਮੇਸ਼ਾ ਅਨਟ੍ਰੇਸਡ ਕਹਿ ਦਿੱਤੇ ਜਾਂਦੇ ਨੇ।
ਤੇ ਇਹ ਕਨਫਰਮ ਕੀਤਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਜੋ ਭਾਰਤ ਦੀ ਰਿਪੋਰਟ ਹੈ ਉਹ ਉਸ ਹਿਸਾਬ ਨਾਲ ਜੇ ਚੱਲੀਏ ਤਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਜੋ ਦੱਸਦਾ ਕਿ ਹਰ 8 ਮਿੰਟ ਵਿੱਚ ਇੱਕ ਬੱਚਾ ਅਗਵਾ ਹੋ ਰਿਹਾ ਇਹ ਇੰਡੀਆ ਦਾ ਅੰਕੜਾ ਜੀ ਜੀ ਮੈਂ ਬਿਲਕੁਲ ਇੰਡੀਆ ਦਾ ਨੈਸ਼ਨਲ ਅੰਕੜੇ ਦੱਸ ਰਹੀ ਹਾਂ ਅਮਰੀਕਾ ਵਿਦੋ ਵੱਲੋਂ ਜੋ ਯੂਨਾਈਟਿਡ ਨੇਸ਼ਨਸ ਵੱਲੋਂ ਰਿਪੋਰਟ ਜਾਰੀ ਹੋਈ ਹੈ ਪਹਿਲਾਂ ਆਪਾਂ ਉਹਨੇ ਕੀ ਦੱਸ ਦਈਏ ਉਹਦੇ ਵਿੱਚੋਂ ਇਹ ਕਿਹਾ ਗਿਆ ਕਿ ਭਾਰਤ ਵਿੱਚੋਂ ਜੋ ਬੱਚੇ ਟ੍ਰੈਫਿਕਿੰਗ ਲਈ ਚੁੱਕੇ ਜਾਂਦੇ ਨੇ ਉਹ ਦੂਜੇ ਮੁਲਕਾਂ ਦੇ ਵਿੱਚ ਸਮੇਤ ਅਮਰੀਕਾ ਦੇ ਹਰ ਪਾਸੇ ਦੁਨੀਆ 'ਚ ਪਹੁੰਚ ਰਹੇ ਨੇ ਜ਼ਿਆਦਾਤਰ ਹੁਣ ਕੌਣ ਸੀ ਜਿੱਥੋਂ ਜੇ ਆਪਾਂ ਸੋਲੂਸ਼ਨ ਬਾਅਦ 'ਚ ਲੱਭਣਾ ਤਾਂ ਜ਼ਿਆਦਾਤਰ ਕੌਣ ਸੀ ਦਲਿਤ ਗਰੀਬ ਆਦਿਵਾਸੀ ਘੱਟ ਗਿਣਤੀ ਕੌਮਾਂ ਦੇ ਬੱਚੇ ਇਹ ਸਨ ਜਿਹੜੇ ਤਸਕਰੀ 'ਚ ਸ਼ਾਮਲ ਹੋਏ ਹੁਣ ਉੱਥੇ ਜੋ ਗੱਲ ਉਹਨਾਂ ਨੇ ਲੱਭੀ ਜਿਸ ਕਾਰਨ ਕਿ ਪੰਜਾਬ ਦਾ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਤੋਂ ਪਹਿਲਾਂ ਮੈਂ ਥੋੜੀ ਜੀ ਇਨਕਰੀਜ਼ ਦੱਸਾਂ ਕਿ ਇਸ ਰੇਸ਼ੋ 'ਚ ਗਿਆ ਕਿ ਸਨ 2012 ਦੀ ਯੂਨਾਈਟਿਡ ਨੇਸ਼ਨਸ ਵੱਲੋਂ ਜਦੋਂ ਰਿਪੋਰਟ ਜਾਰੀ ਹੋਈ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ 27% ਬੱਚੇ ਬਹੁਤ ਵੱਡੀ ਗਿਣਤੀ ਜੋ ਵੀ 27% ਬੱਚੇ ਇੱਥੋਂ ਗਾਇਬ ਹੋ ਜਾਂਦੇ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸਨ 2010 ਤੋਂ 2014 ਤੱਕ 385,000 ਬੱਚੇ ਚੁੱਕੇ ਗਏ ਜਿਨ੍ਹਾਂ ਵਿੱਚ 61% ਨਾਬਾਲਗ ਬੱਚੀਆਂ ਸਨ ਇਹਨਾਂ ਵਿੱਚੋਂ ਅੱਗੋਂ ਹਾਂਜੀ 61% ਇਹਨਾਂ ਵਿੱਚੋਂ ਅੱਗੋਂ ਜਿਹੜੀਆਂ ਇਹ ਚੁੱਕੀਆਂ ਗਈਆਂ ਕੁਝ ਘਰਾਂ ਦੇ ਵਿੱਚ ਕੰਮ ਕਰਨ ਲਈ ਲਾ ਦਿੱਤੀਆਂ ਗਈਆਂ ਕੁਝ ਜਿਸ ਵੀ ਪਾਸੇ ਤਾਂ ਅੰਦਾਜ਼ਾ ਜ਼ਰਾ ਦੇਖਿਓ ਇਹਦੇ ਵਿੱਚੋਂ ਜੋ ਅੰਕੜੇ ਲਿਖਦੇ ਨੇ ਇਹਨਾਂ ਹੀ 61% ਦੇ ਵਿੱਚੋਂ ਅੱਗੋਂ 85% ਸਨ ਜਿਹੜੀਆਂ ਦੇਹ ਵਪਾਰ ਵਿੱਚ ਤੱਕੀਆਂ ਗਈਆਂ ਜਿਨ੍ਹਾਂ 'ਚ ਖਰਬਾਂ ਦੀ ਗਿਣਤੀ ਵਿੱਚ ਇਹਨਾਂ ਦੀਆਂ ਕੀਮਤਾਂ ਪਈਆਂ ਕਿਉਂਕਿ ਇਹ ਨਾਬਾਲਗ ਬੱਚੀਆਂ ਸ਼ੇਖਾਂ ਵੱਲੋਂ ਤੇ ਹੋਰਨਾਂ ਵੱਲੋਂ ਜਾਂ ਦੁਨੀਆ ਭਰ ਵਿੱਚ ਇਹਨਾਂ ਦੀ ਕੀਮਤ ਯਾਨੀ ਇਹਨਾਂ ਦੀ ਜਦੋਂ ਖਰੀਦੋ ਫਰੋਖਤ ਖਰਬਾਂ 'ਚ ਪਹੁੰਚਦੀ ਜੇ ਇਹਦੇ ਵਿੱਚ ਹੁਣ ਜੋ ਖਾਸ ਖਿਆਲ ਰੱਖਿਓ ਆਂਧਰ ਪ੍ਰਦੇਸ਼ 'ਚੋਂ 11,625 ਨਾਬਾਲਗ ਕੁੜੀਆਂ ਤੇ ਲਗਭਗ 7,000 ਦੇ ਕਰੀਬ ਨਾਬਾਲਗ ਮੁੰਡੇ ਚੁੱਕੇ ਗਏ ਤੇ ਹੁਣ ਇਹ ਟਾਈਮਸ ਆਫ ਇੰਡੀਆ 'ਚ ਛਪੀ ਰਿਪੋਰਟ ਹੈ ਗਵਰਨਮੈਂਟ ਆਫ ਇੰਡੀਆ ਦੀ ਦਿੱਤੀ ਹੋਈ ਇਹਨਾਂ ਵਿੱਚੋਂ ਹੁਣ ਧਿਆਨ ਕਰਿਓ ਜੋ 7,000 ਦੇ ਕਰੀਬ ਮੁੰਡੇ ਸੀ ਇਹਨਾਂ 7,000 ਦੇ ਵਿੱਚੋਂ ਵੀ 3,500 ਦੇ ਕਰੀਬ ਸੈਕਸ ਟ੍ਰੇਡ ਵਿੱਚ ਹੀ ਪਾਏ ਗਏ ਇਹ ਯਾਨੀ ਤੁਸੀਂ ਹਿਸਾਬ ਲਾ ਲਓ ਵੀ ਕਿਸ ਪਾਸੇ ਧੱਕੇ ਜਾ ਰਹੇ ਨੇ ਫਿਰ ਇਹਨਾਂ ਨੂੰ ਕਿਸ ਤਰੀਕੇ ਇਹ ਟ੍ਰੇਨ ਕੀਤਾ ਜਾਂਦਾ ਹੈ ਜੋ ਇਹਦੇ ਬਾਰੇ ਪਤਾ ਜਿੰਨੇ ਕੁ ਫੜੇ ਗਏ ਦੱਸਿਆ ਗਿਆ ਕਿ ਪਹਿਲਾਂ ਇਹਨਾਂ ਨੂੰ ਭੁੱਖੇ ਰੱਖਿਆ ਜਾਂਦਾ 10 ਦਿਨ ਰੱਜ ਕੇ ਤੜਫਾਇਆ ਜਾਂਦਾ ਮਾਰਿਆ ਜਾਂਦਾ ਕੁੱਟਿਆ ਜਾਂਦਾ ਫਿਰ ਜਦੋਂ ਅੱਤ ਹੋ ਜਾਂਦੀ ਹੈ ਤਾਂ ਫਿਰ ਇਹ ਆਪ ਹੀ ਬੱਚੇ ਛੱਡ ਦਿੰਦੇ ਨੇ ਹਾਂਜੀ ਜੋ ਵੀ ਮਰਜ਼ੀ ਕਰਵਾ ਲਓ ਸੋ ਉਦੋਂ ਮਾਰ ਕੁਟਾਈ ਕਰਦਿਆਂ ਪੈਸੇ ਪੈਸੇ ਨੂੰ ਤਰਸਦਿਆਂ ਕਿ ਰੋਟੀ ਖਾਣੀ ਹੈ ਤਾਂ ਮੰਗਣ ਜਾਓ ਧਿਆਨ ਕਰਿਓ ਹੁਣ ਇਹ ਪਹਿਲੀ ਚੀਜ਼ ਜਿਸ ਪਾਸੇ ਇਹਨਾਂ ਨੂੰ ਤੋਰਿਆ ਜਾਂਦਾ ਮੰਗ ਕੇ ਲਿਆਉਣ ਲਈ ਕਿ ਜਾਓ ਮੰਗ ਕੇ ਲਿਆਓ ਮਜਬੂਰੀ ਵੱਸ ਉਹ ਬੱਚੇ ਜਿਨ੍ਹਾਂ ਨੂੰ ਪਤਾ ਹੈ ਕਿ ਰੋਟੀ ਮਿਲਣੀ ਨਹੀਂ ਮਾਰ ਮਾਰ ਕੇ ਸਾਡਾ ਬੁਰਾ ਹਾਲ ਕੀਤਾ ਪਿਆ ਸਰੀਰ ਟੁੱਟਿਆ ਪਿਆ ਦਰਦ ਨਾਲ ਚੀਕਾਂ ਮਾਰ ਰਹੇ ਨੇ ਉਹਨਾਂ ਨੂੰ ਹੋਰ ਕੋਈ ਰਾਹ ਹੀ ਨਹੀਂ ਲੱਭਦਾ ਕਿ ਕਿਸੇ ਤਰੀਕੇ ਭਾਵੇਂ ਮੰਗਣ ਭਾਵੇਂ ਕੋਈ ਗਲੇ 'ਚੋਂ ਚੇਨ ਖੋਣ ਕੁਛ ਕਰਨ ਕਿਵੇਂ ਲੈ ਕੇ ਆਈਏ ਪੈਸੇ ਕਿ ਸਾਨੂੰ ਮਾਪੇ ਹੈ ਨਹੀਂ ਕਈ ਅਜਿਹੇ ਨੇ ਜਿਹੜੇ ਇੰਨੇ ਗਰੀਬ ਨੇ ਜਿਨ੍ਹਾਂ ਦੀ ਕੋਈ ਪਹੁੰਚ ਨਹੀਂ ਉਹਨਾਂ ਨੇ ਪੁੱਛਣਾ ਹੀ ਨਹੀਂ ਕਈ ਉਹ ਨੇ ਜਿਨ੍ਹਾਂ ਦੇ ਹੈ ਹੀ ਨਹੀਂ ਮਾਪੇ ਯਾਨੀ ਉਹ ਕੋਈ ਉਹਨਾਂ ਦੇ ਬਾਰੇ ਅਤਾ ਪਤਾ ਹੀ ਨਹੀਂ ਕਰਨ ਵਾਲਾ ਸੋ ਇਹ ਸਾਰੇ ਦੇ ਸਾਰੇ ਵਿਚਾਰੇ ਪਹੁੰਚਦੇ ਨੇ ਜਿੱਥੇ ਮਜਬੂਰੀ ਵੱਸ ਕੇ ਜੋ ਮਰਜ਼ੀ ਕਰਾਓ ਇਹਨਾਂ ਵਿੱਚੋਂ ਹੁਣ ਕਿੱਥੇ ਭੇਜੇ ਜਾਂਦੇ ਨੇ ਕੁਝ ਢਾਬਿਆਂ ਤੇ ਕੁਝ ਇੱਟਾਂ ਦੇ ਪੱਠਿਆਂ ਤੇ ਕੁਝ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਵੱਡੀ ਗਿਣਤੀ 'ਚ ਇਹਨਾਂ ਨੂੰ ਲੈ ਰਹੀਆਂ ਨੇ ਇੱਟਾਂ ਤੇ ਬਜਰੀ ਢੋਣ ਵਾਲੇ ਪਾਸੇ ਲਾਇਆ ਜਾਂਦਾ ਸੜਕਾਂ ਬਣਾਉਣ ਵਾਲੇ ਪਾਸੇ ਦੇਖੋ ਤੁਹਾਨੂੰ ਬਥੇਰੇ ਮਿਲ ਜਾਣਗੇ ਫਿਰ ਰੰਗ ਬਣਾਉਣ ਵਾਲੀਆਂ ਫੈਕਟਰੀਆਂ ਸਿਰਫ ਇਹਨਾਂ ਬੱਚਿਆਂ ਤੇ ਤੁਰਦੀਆਂ ਖੇਤਾਂ ਦੇ ਵਿੱਚ ਕੰਮ ਕਰਨ ਲਈ ਲਾਏ ਜਾਂਦੇ ਨੇ ਤੇ ਮੱਛੀ ਵਪਾਰ ਲਈ ਇਹ ਵਤਨੋਂ ਪਾਰ ਖਾਸ ਕਰ ਜਿਹੜੇ ਤੱਟਵਰਤੀ ਇਲਾਕੇ ਨੇ ਜਿਨ੍ਹਾਂ ਦੇ ਨੇੜੇ ਪੈਂਦਾ ਸਮੁੰਦਰ ਉਹ ਸਾਰੇ ਵੱਡੀ ਗਿਣਤੀ ਇਹਨਾਂ ਨੂੰ ਬੁਲਾਉਂਦੇ ਨੇ ਮੰਗਦੇ ਨੇ ਕਿ ਬੱਚਿਆਂ ਲਈ ਮੱਛੀ ਵਪਾਰ ਸੌਖਾ ਇਸ ਕਰਕੇ ਇਹਨਾਂ ਦੇ ਹੱਥ ਛੋਟੇ ਨੇ ਉਹ ਨੈੱਟ ਵਿੱਚੋਂ ਦੀ ਕੱਢ ਸਕਦੇ ਹੁੰਦੇ ਨੇ ਸੋ ਇਹ ਬੱਚੇ ਮੱਛੀ ਵਪਾਰ ਲਈ ਭਾਰਤ ਤੋਂ ਪਾਰ ਮੰਗਾਏ ਜਾਂਦੇ ਨੇ ਵੱਡੀ ਗਿਣਤੀ ਉਹਨਾਂ ਵਿੱਚ ਇਹਨਾਂ ਨੂੰ ਲਾ ਦਿੱਤਾ ਜਾਂਦਾ ਨਾ ਕੋਈ ਪਾਸਪੋਰਟ ਨਾ ਕੋਈ ਜ਼ਰੀਆ ਆਉਣ ਦਾ ਨਾ ਜਾਣ ਦਾ ਸੋ ਮਜਬੂਰੀ ਵੱਸ ਉੱਤੇ ਟਿਕੇ ਰਹਿੰਦੇ ਨੇ ਧੱਕਿਓ ਜ਼ੋਰੀ ਫਿਰ ਘਰਾਂ ਵਿੱਚ ਕੰਮ ਵੀ ਲਿਆ ਜਾਂਦਾ ਤੇ ਉੱਥੇ ਹੀ ਬਾਹਰ ਮੁਲਕਾਂ ਵਿੱਚ
सेक्स ट्रेड विच इन्हां दा एक तरीके सत्यानाश शब्द मैं वरत सकदी हां ते जेड़ी जिस कारण ये नजरी एकदम आया मेडिकल एजुकेशन वाले पासे जो साडे डॉक्टर साहब आपां मैं दर्शकां नूं क्लीयर कर दां कि जिहड़े तुसीं आंकड़े दित्ते पिछले कुछ सालां दे ने टोटल 2014 या 2017 तो बाद दे ने जिहड़े दस्से गए ने खास करके आंध्र प्रदेश की जे गल करिए डॉक्टर साहब आपां इत्थे होर विचार करदे हां छोटी जी ब्रेक लई सानूं रुकना पै रहा दर्शको साडे नाल बने होए ने मानयोग डॉक्टर हरशिंदर कौर जी बहुत ही सोहना एलैबरेट कर रहे हैं जो ह्यूमन ट्रैफिकिंग हो रही खास करके एशिया दे विच एक बहुत वड्डा धंधा है इहदे उत्ते आपां होर विचार करांगे डॉक्टर साहब नाल तलाउंगे आपां रुकना पै रहा एक छोटी जी ब्रेक लई इदां बने रहो जस पंजाबी स्वागत जी तुहाडा सारयां दा फेर प्रोग्राम ओपन प्लेटफॉर्म जस पंजाबी दे मंच तो दर्शको मैं तुहाडे रूबरू हुन्ना आ ट्यूजडे वेंसडे थर्सडे शाम नूं 9 बजे पैसिफिक टाइम साडे कैलिफोर्निया स्टूडियो तो दर्शको अपने नाल बने होए ने डॉक्टर हरशिंदर कौर पटियाला तो डॉक्टर साहब मेरा जिहड़ा क्वेश्चन एक बार फिर मैं बैक तुहानूं कहूँगा तुसीं आंकड़े जरूर रिपीट करो तो उस तो बाद क्वेश्चन यह है कि किसी शहर या किसी पिंड विच कोई एक अद्धा बच्चा गवाच जाए तो लोग हैल्प करदे आ कोशिश करदे लभण दी जिहड़े तुसीं आंकड़े दसे आ कि गवर्नमेंट नूं नहीं पता इन्हां चीज़ां दा कि इन्ने इन्ने बच्चे गायब हो रहे हैं जी मैं तुहानूं इसे लई पहलां ही कहा सीगा कि ये अंकड़े भारत सरकार दे ही ने जिन्हां च उन्होंने कहा 40,000 बच्चे हर साल अगवा हुंदे ने जिन्हां च 11,000 हमेशा ही अजिहे हुंदे ने जिन्हां दे बारे पता नहीं लगदा वह हमेशा लई अनट्रेसेबल करार कर दिते जांदे ने जी 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 सो ये हुण पूरी आपां इहनूं थोड़ी होर अगां लैके जांदे आ क्राई संस्था है एक जिहड़ी इंटरनेशनल लैवल ते भी वर्क कर रही है ना बच्चियां लई नैशनल लैवल ते भी साडे काम कर रही है हुण उहनां दे हिसाब नाल जे आपां चलीए तां उह कह रहे ने कि जिहड़ियां ये बच्चियां चुकियां जांदियां ने इहनां नूं ईस्ट्रोजन दे इंजेक्शन लाए जांदे ने 8 साल दी बच्ची नूं उह यानी जल्दी जवान करन दे चक्कर विच के ओ नाबालग बच्ची ते ओ जो 8 साल दी नू ला रहे ने कि ओ लगे दिसन नू के ए 13-14 साल दी है ओदी कीमत एक एक दी जो ए क्राई संस्था दसदी है कि 80-80 लाख तक भी पहुंची हुई है तुसी अंदाजा ला लो किसे भी हद तक पहुंच जांदे ने एहो जियां बच्चियां नू पाण लई लोक ते फिर इन्हां नू ਬਚਾਉਣ ਲਈ ਜੋ ਸੰਸਥਾਵਾਂ ਦੇ ਵਿੱਚ ਫੜੇ ਗਏ ਲੋਕ ਜੋ ਸ਼ਾਮਲ ਨੇ ਧਿਆਨ ਕਰਿਓ ਕੌਣ ਕੌਣ ਸਨ ਸੀਆਈਡੀ ਦੇ ਕੁਝ ਵਿੱਚ ਬੰਦੇ ਕੁਝ ਸੋਸ਼ਲ ਵੈਲਫੇਅਰ ਵਿਭਾਗਾਂ ਦੇ ਬੰਦੇ ਸ਼ਾਮਲ ਸਨ ਤੇ ਕੁਝ ਗੈਰ ਸਰਕਾਰੀ ਸੰਸਥਾਵਾਂ ਜੋ ਬੱਚਿਆਂ ਦੇ ਹੱਕਾਂ ਲਈ ਕੰਮ ਕਰਦੀਆਂ ਦੇ ਵੀ ਲੋਕ ਸ਼ਾਮਲ ਸਨ ਕਿ ਉਹ ਲੱਭ ਲੈਂਦੇ ਸਨ ਕਿ ਇਹ ਬੱਚੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਨਹੀਂ ਮਾਪੇ ਨਹੀਂ ਹਨ ਜਾਂ ਸਿੰਗਲ ਮਦਰ ਹੈ ਜਾਂ ਬਹੁਤ ਗਰੀਬ ਨੇ ਚੁੱਕ ਲਿਜਾਣਾ ਕਿ ਇਹਨਾਂ ਨੇ ਰੌਲਾ ਰੂਲਾ ਪਾ ਕੇ ਬਹਿ ਜਾਣਾ ਕਿਤੇ ਅਪਰੋਚ ਹੈ ਨਹੀਂ ਹੱਕਾਂ ਬਾਰੇ ਪਤਾ ਨਹੀਂ ਜਾ ਨਹੀਂ ਸਕਦੇ ਕੋਰਟਾਂ ਦੇ ਚੱਕਰਾਂ ਲਈ ਸੋ ਉਹ ਬੱਚੇ ਪਰਮਾਨੈਂਟਲੀ ਗਾਇਬ ਹੀ ਹੋ ਜਾਂਦੇ ਨੇ ਤੇ ਤੁਸੀਂ ਅੰਦਾਜ਼ਾ ਲਾ ਲਓ ਕਿਸ ਵੱਡੀ ਗਿਣਤੀ 'ਚ ਇਹਨਾਂ ਨੂੰ ਜੋ ਕੀਤਾ ਜਾਂਦਾ ਹੁਣ ਇੰਗਲੈਂਡ ਵਿੱਚ ਵੀਅਤਨਾਮ ਅਲਬੇਨੀਆ ਰੋਮਾਨੀਆ ਤੋਂ ਮੰਗਵਾਏ ਜਾ ਰਹੇ ਨੇ ਰੈਗੂਲਰ ਬੱਚੇ ਇਸ ਤਰ੍ਹਾਂ ਦੇ ਕੰਮਾਂ ਲਈ ਈਵਨ ਇੰਗਲੈਂਡ ਦੇ ਵਿੱਚ ਘਰਾਂ ਵਿੱਚ ਨੌਕਰੀ ਦਾ ਲਾਲਚ ਦੇ ਕੇ ਵੀ ਬੱਚੀਆਂ ਮੰਗਾਈਆਂ ਗਈਆਂ ਜਿਨ੍ਹਾਂ ਨਾਲ ਜੋ ਵੀ ਸੈਕਸੁਅਲ ਹਰਾਸਮੈਂਟ ਹੋਈ ਉਹ ਤੇ ਖਬਰਾਂ ਵੀ ਛਪ ਚੁੱਕੀਆਂ ਨੇ ਇਹਨਾਂ ਵਿੱਚੋਂ ਹੀ ਇਹਨਾਂ ਨੂੰ ਨਸ਼ੇ ਦੀ ਖੇਪ ਪਹੁੰਚਾਉਣ ਲਈ ਵੀ ਵਰਤਿਆ ਜਾ ਰਿਹਾ ਹੈ ਜਿਸ ਵਿੱਚ ਇਹ ਹੁਣ ਢੰਗ ਤਰੀਕੇ ਕਿਵੇਂ ਨੇ ਅਲੱਗ ਅਲੱਗ ਸੂਬਿਆਂ ਵਿੱਚ ਅਲੱਗ ਅਲੱਗ ਢੰਗ ਵਰਤੇ ਜਾਂਦੇ ਨੇ ਕਿ ਕੁਝ ਟੱਬਰਾਂ ਨਾਲ ਨੇੜਤਾ ਬਣਾ ਲੈਂਦੇ ਨੇ ਜਦੋਂ ਲੱਭਦੇ ਨੇ ਵੀ ਇਸ ਪਿੰਡ ਵਿੱਚ ਜਾਂ ਸ਼ਹਿਰ ਦੇ ਇਸ ਇਲਾਕੇ 'ਚ ਲੋਕ ਬਾਹਰ ਭੇਜਣਾ ਚਾਹ ਰਹੇ ਨੇ ਬੱਚੇ ਨੂੰ ਜੀ ਜੀ ਤੋ ਉੱਥੇ ਇਸ ਕਰਕੇ ਪੰਜਾਬ ਹੁਣ ਇਸ ਵੇਲੇ ਸਭ ਤੋਂ ਵੱਧ ਮਾਰ ਹੇਠ ਆਇਆ ਹੈ ਕਿਉਂਕਿ ਪੰਜਾਬ 'ਚ ਲਗਭਗ ਹਰ ਘਰ ਤਿਆਰ ਹੈ ਕਿ ਸਾਡਾ ਬੱਚਾ ਬਾਹਰ ਭੇਜ ਦਿਓ ਸੋ ਉਹ ਗਿਰੋਹ ਇਸ ਚੱਕਰ 'ਚ ਹੁੰਦੇ ਨੇ ਕਿ ਲੱਭੇ ਜਾਣ ਕਿਹੜੇ ਟੱਬਰ ਨੇ ਜਿਹੜੇ ਬੱਚੇ ਬਾਹਰ ਭੇਜਣਾ ਚਾਹੁੰਦੇ ਨੇ ਉਹਨਾਂ ਨੂੰ ਫਿਰ ਡੂੰਘੀ ਸਾਂਝ ਗੰਢਦੇ ਨੇ ਫੋਨ ਕਰਵਾ ਦਿੰਦੇ ਨੇ ਬਾਹਰ ਆ ਦੇਖੋ ਜੀ ਸਾਡੇ ਉੱਥੇ ਨਾਲ ਪਹਿਲਾਂ ਗਏ ਹੋਏ ਬੱਚੇ ਕਿੰਨੇ ਖੁਸ਼ ਨੇ ਵਗੈਰਾ ਵਗੈਰਾ ਕਰਾ ਕੇ ਤੇ ਉਹ ਨੈਟਵਰਕ ਜੇ ਇੱਕ ਪੂਰਾ ਚੱਲਦਾ ਜੋ ਇਧਰੋਂ ਏਜੰਟ ਛੱਡੇ ਨੇ ਫਿਰ ਕੁਛ ਉਧਰ ਨੇ ਵਿਚਕਾਰ ਕਿਵੇਂ ਲਿਜਾਣਾ ਇਹ ਸਾਰੀ ਟਰੱਕਾਂ 'ਚ ਜਾਣੇ ਆ ਜਾਂ ਕਿਸ ਤਰ੍ਹਾਂ ਲੰਘਾਣੇ ਨੇ ਇਹ ਸਾਰਾ ਸਿਸਟਮ ਬੜਾ ਵਧੀਆ ਇਹਨਾਂ ਦਾ ਸੈਟਅਪ ਹੋਇਆ ਹੋਇਆ ਪਛੜੇ ਪਿੰਡਾਂ ਵਿੱਚ ਇਹਨਾਂ ਨੇ ਬਾਬਿਆਂ ਰਾਹੀਂ ਇਹੀ ਰਸਤਾ ਅਪਣਾਇਆ ਹੋਇਆ ਕਿ ਉਹ ਬਾਬੇ
ਵਿੱਚ ਵਾੜ ਦਿੱਤੇ ਜਾਂਦੇ ਨੇ ਉਹਨਾਂ ਕੋਲ ਆਂਦੀਆਂ ਨੇ ਬੱਚੀਆਂ ਵੀ ਮਾਵਾਂ ਵੀ ਜਦੋਂ ਰੋਂਦੀਆਂ ਸਾਡਾ ਇਹ ਦੁੱਖ ਹੈ ਇਹ ਸੋ ਉਹ ਸਮਝ ਲੈਂਦੇ ਨੇ ਪਛਾਣ ਲੈਂਦੇ ਨੇ ਕਿੱਥੋਂ ਇਹ ਕੱਢਿਆ ਜਾ ਸਕਦਾ ਬੱਚਾ ਸੋ ਉਹ ਇਹ ਯਾਨੀ ਰਿਸ਼ਤਾ ਜਿਹਾ ਗੰਢ ਕੇ ਟੱਬਰ ਨਾਲ ਕਿ ਮੈਂ ਸਾਰਾ ਕੁਛ ਕਰਾ ਦਿਆਂਗਾ ਤਾਂ ਇਹ ਸਭ ਕੁਛ ਹੋ ਰਿਹਾ ਜੀ ਹੁਣ ਇਹਨਾਂ ਬੱਚਿਆਂ ਨੂੰ ਜਿਵੇਂ ਦੱਸਿਆ ਮੈਂ ਕਿ ਅੱਤ ਦਾ ਤੰਗ ਕਰਕੇ ਕੈਦ ਕਰਕੇ ਮਾਰ ਕੁਟਾਈ ਕਰਕੇ ਜਬਰੀ ਕਰਨ ਤੋਂ ਬਾਅਦ ਜੋ ਚੀਜ਼ ਨਜ਼ਰੀ ਆਈ ਇਸ ਵੇਲੇ ਕਿ ਉਹ ਬੱਚੀਆਂ ਜੋ ਸੁੱਟੀਆਂ ਗਾਦਾ ਜਾ ਚੁੱਕੀਆਂ ਸੀ ਆਪਣੇ ਮਾਪਿਆਂ ਵੱਲੋਂ ਜੀ 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 ਉਹਨਾਂ ਨੂੰ ਸੰਸਥਾ ਬਣਾਈ ਗਈ ਕਿ ਇਹ ਬੇਟੀਆਂ ਦੀ ਮਦਦ ਲਈ ਇਹ ਘਰ ਸਹਾਰਾ ਘਰ ਬਣੇ ਨੇ ਉਹਨਾਂ ਸਹਾਰਾ ਘਰਾਂ ਦੇ ਵਿੱਚ ਧਿਆਨ ਕਰਿਓ ਤੁਸੀਂ ਖਬਰਾਂ ਵੀ ਪੜ੍ਹੀਆਂ ਹੋਣਗੀਆਂ ਪਹਿਲੇ ਸਮਿਆਂ 'ਚ ਹਰਿਆਣੇ ਦੇ ਵਿੱਚ ਜੋ ਤਰੀਕਾ ਕੀਤਾ ਜਾਂਦਾ ਉਹਨਾਂ ਨੂੰ ਨੇਕਿਡ ਪਰੇਡ ਕੀਤੀ ਜਾਂਦੀ ਹੈ ਪੁੱਠੇ ਲਟਕਾਇਆ ਜਾਂਦਾ ਉਹਨਾਂ ਦੀਆਂ ਫਿਲਮਿੰਗ ਪੋਰਨੋਗ੍ਰਾਫੀ ਐਂਡ ਵਾਟ ਨਾਟ ਸਾਰਾ ਤੇ ਜਿੱਥੇ ਤੱਕ ਇਨਵੋਲਵਡ ਉਹਦੇ ਵਿੱਚ ਲੱਭੇ ਸੀ ਮਿਨਿਸਟਰਸ ਤੋਂ ਲੈ ਕੇ ਟਾਪ ਬਿਊਰੋਕਰੈਟਸ ਟਾਪ ਪੁਲਿਸ ਅਫੀਸ਼ੀਅਲਸ ਤੋਂ ਲੈ ਕੇ ਯਾਨੀ ਕੀ ਐਡਵੋਕੇਟਸ ਕੀ ਕੋਈ ਵੀ ਬੰਦਾ ਨਹੀਂ ਸੀ ਬਚਿਆ ਜਿਹੜਾ ਉੱਥੇ ਵਿੱਚ ਇਨਕਲੂਡ ਨਾ ਹੋਇਆ ਹੋਵੇ ਐਗਜੈਕਟਲੀ ਉਹ ਕੁਝ ਕੀਤਾ ਜਾ ਰਿਹਾ ਹੈ ਕਿ ਵੱਖੋ ਵੱਖਰੀਆਂ ਥਾਵਾਂ ਤੇ ਇਹ ਕੁੜੀਆਂ ਸਪਲਾਈ ਇੱਕ ਹੈਰਮਸ ਤੱਕ ਬਣੇ ਪਏ ਨੇ ਜਿੱਥੇ ਜਾਂਦੀਆਂ ਨੇ ਉੱਥੋਂ ਇਹ ਨਵਾਂ ਸਿਸਟਮ ਇੱਕ ਸ਼ੁਰੂ ਕੀਤਾ ਜਾਂਦਾ ਹੈ ਕਿ ਜੇ ਸਿੱਧੇ ਤਰੀਕੇ ਅਗਵਾ ਨਾ ਹੋਵੇ ਤਾਂ ਬੱਚੀ ਦਾ ਧਰਮ ਤਬਦੀਲ ਕਰਕੇ ਉਹਨੂੰ ਦੂਜੇ ਪਾਸੇ ਲਿਆਇਆ ਜਾਵੇ ਇਹ ਵੀ ਇੱਕ ਸਿਸਟਮ ਸ਼ੁਰੂ ਹੋ ਗਿਆ ਹੁਣ ਸਿਰਫ ਜੇ ਆਪਾਂ ਗੱਲ ਕਰੀਏ ਬਾਲ ਮਜ਼ਦੂਰਾਂ ਦੀ ਗਿਣਤੀ ਵਿੱਚ ਕੁੱਲ 2 ਸਾਲਾਂ ਵਿੱਚ 20% ਵਾਧਾ ਹੋਇਆ UN ਦੀ ਰਿਪੋਰਟ ਹੈ ਜੀ 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 ਤੇ ਅਮਰੀਕਾ ਵਿੱਚ ਜਦੋਂ ਸਨ 1990 ਵਿੱਚ ਪਹਿਲੀ ਵਾਰ ਗੈਪ ਤੇ ਨਾਈਕੋ ਕੰਪਨੀ ਵਾਲਿਆਂ ਨੇ ਮੰਗਵਾਏ ਸਨ ਤਸਕਰੀ ਅਧੀਨ ਜਦੋਂ ਬੱਚੇ ਤੁਹਾਨੂੰ ਇਹ ਤਾਂ ਪਤਾ ਹੀ ਹੋਏਗਾ ਬੜਾ ਉਹਦਾ ਰੌਲਾ ਪਿਆ ਸੀ ਉਦੋਂ ਇੱਕ ਸਕੈਂਡਲ ਵਜੋਂ ਇਹ ਉਭਰਿਆ ਸੀ ਜਦੋਂ ਯੂਨਾਈਟਿਡ ਨੇਸ਼ਨਸ ਨੇ ਪਹਿਲੀ ਵਾਰ ਇਹ ਬਾਲ ਮਜ਼ਦੂਰੀ ਬਾਰੇ ਆਵਾਜ਼ ਚੁੱਕੀ ਉਦੋਂ ਫਿਰ ਹਿਊਮਨ ਰਾਈਟ ਕਾਉਂਸਲ ਅੱਗੇ ਪੇਸ਼ ਕੀਤੀ ਗਈ ਸੀ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਰਿਪੋਰਟ ਵੀ ਸੀ ਕਿ ਜਿੰਨੇ ਵੀ ਖਿਆਲ ਕਰਿਓ ਇਹ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ ਜੀ 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 ਕਿ ਜਿੰਨੀਆਂ ਬਾਲ ਵੇਸਵਾਵਾਂ ਹੁਣ ਇਹ ਵੀ ਸਨ 2018 ਦੀ ਰਿਪੋਰਟ ਹੈ ਕਿ ਡਿਸਕੋਬਾਰ ਨੇ ਮਾਲਿਸ਼ ਦੇ ਅੱਡੇ ਨੇ ਪਾਰਲਰਸ ਵੱਡੇ ਹੋਟਲਸ ਵਿੱਚ ਇਹ ਸਾਰੀਆਂ ਦੀਆਂ ਸਾਰੀਆਂ ਮਹਿੰਗੇ ਭਾਅ ਵਿਕਦੀਆਂ ਨੇ ਤੇ ਸਾਰੀਆਂ ਹੀ ਚੁੱਕੀਆਂ ਹੋਈਆਂ ਨੇ ਇਹ ਜੋ ਬਾਲ ਬੇਟੀਆਂ ਯਾਨੀ ਨਾਬਾਲਗ ਬੇਟੀਆਂ ਇਹਨਾਂ ਦੇ ਵਿੱਚ ਇਸ ਵੇਲੇ ਵਰਤੋਂ ਵਿੱਚ ਨੇ ਭਾਰੀ ਡਿਮਾਂਡ ਹੈ ਤੇ 2020 ਵਿੱਚ 2 ਸਾਲਾਂ ਵਿੱਚ 20% ਇਨਕਰੀਜ਼ ਹੋ ਚੁੱਕਿਆ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਕਿ ਹੁਣ ਇਸ ਵੇਲੇ ਚਾਈਲਡ ਸੈਕਸ ਟੂਰਿਜ਼ਮ ਸਟਾਰਟ ਹੋ ਚੁੱਕਿਆ ਚਾਈਲਡ ਪੋਰਨ ਫਿਲਮਸ ਹੋ ਚੁੱਕੀਆਂ ਜਿਨ੍ਹਾਂ ਵਿੱਚ 18 ਲੱਖ ਬੰਦੇ ਨੇ UN ਦੀ ਰਿਪੋਰਟ ਜੇ ਇਸ ਵੇਲੇ ਮੌਜੂਦਾ ਸਮੇਂ ਉਹ ਕੰਮ ਕਰ ਰਹੇ ਨੇ 18 ਲੱਖ ਬੱਚੇ ਹੁਣ ਇਹਨਾਂ ਵਿੱਚ ਜੋ ਅੰਤਰਰਾਸ਼ਟਰੀ ਮਾਰਕੀਟ ਵਿੱਚ ਇਹਦੀ ਕੀਮਤ ਖਰਬਾਂ ਚ ਜੋ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਸਿਰਫ ਇਹੀ ਚਾਈਲਡ ਸੈਕਸ ਟੂਰਿਜ਼ਮ ਦੀ ਪਹੁੰਚ ਚੁੱਕੀ ਹੈ ਇਹਦੇ ਵਿੱਚ ਇਲੇਨੋਇਆ ਵੱਲੋਂ ਜੋ ਕੋਰਟ ਵਿੱਚ ਉਹਨਾਂ ਨੇ ਆਪਣੇ ਮੁਲਕ ਬਾਰੇ ਲਿਖਿਆ ਕਿ ਸਾਡੇ ਚ ਜੋ ਕ੍ਰੈਗਲਿਸਟ ਬਾਲ ਇਸ ਵੇਲੇ ਵੇਸਵਾਵਾਂ ਦੀ ਆਨਲਾਈਨ ਖਰੀਦਦਾਰੀ ਜੋ ਚੱਲ ਰਹੀ ਸੀ ਉਹਨਾਂ ਨੇ ਪੂਰਾ ਜ਼ੋਰ ਸ਼ੋਰ ਨਾਲ ਰੌਲਾ ਪਾ ਕੇ ਸਨ 2020 ਵਿੱਚ ਉਹਦੇ ਤੇ ਰੋਕ ਲਾਈ ਤਾਂ ਕਿ ਇਹ ਮੈਂ ਇਸ ਕਰਕੇ ਜ਼ਿਕਰ ਕੀਤਾ ਕਿ ਜੋ ਹਰ ਥਾਂ ਤੇ ਆਵਾਜ਼ ਚੁੱਕਣ ਦੀ ਲੋੜ ਹੈ ਕਿ ਇਹਨਾਂ ਨੂੰ ਜੇ ਅਸੀਂ ਇਹ ਟ੍ਰੈਫਿਕਿੰਗ ਰੋਕਣੀ ਹੈ ਤਾਂ ਬਿਲਕੁਲ ਇਹ ਸਾਡੇ ਲਈ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਉਹਨਾਂ ਨੇ ਜੀ 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 ਉਹ ਆਨਲਾਈਨ ਸੀ ਕ੍ਰੈਗਲਿਸਟ ਜਿਨ੍ਹਾਂ ਦੀਆਂ ਇਹ ਟ੍ਰੈਫਿਕਿੰਗ ਲਈ ਯੰਗ ਗਰਲਸ ਜਿਹੜੀਆਂ ਉੱਥੇ ਪ੍ਰੋਵਾਈਡ ਹੁੰਦੀਆਂ ਸੀ ਬੈਨ ਲਾਇਆ ਗਿਆ ਉੱਥੋਂ ਕਿਉਂਕਿ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਵਾਜ਼ ਚੁੱਕੀ ਕਿ ਇਹਨੂੰ ਬੰਦ ਕੀਤਾ ਜਾਏ ਉਸੇ ਤਰ੍ਹਾਂ ਇੱਕ ਹੋਰ ਥਾਂ ਜਿੱਥੇ ਇਹ ਬੱਚੇ ਅਜੇ ਵੀ ਧੜੱਲੇ ਨਾਲ ਯੂਜ਼ ਕੀਤੇ ਜਾ ਰਹੇ ਨੇ ਉਹ ਨੇ 17 ਮੁਲਕਾਂ ਦੀ ਫੌਜ ਖਿਆਲ ਕਰਿਓ ਭਾਰਤ ਨਹੀਂ 17 ਕੰਟਰੀਜ਼ ਨੇ ਜਿਹੜੇ ਬਾਲ ਮਜ਼ਦੂਰਾਂ ਨੂੰ ਸੂਈਏ ਵਜੋਂ ਵਰਤ ਰਹੇ ਨੇ ਉਹ ਹੁਣ ਵੱਡੀ ਗਿਣਤੀ ਜੇ ਇਹਨਾਂ ਨੂੰ ਈਵਨ ਹਿਊਮਨ ਬੌਮਬਸ ਵੀ ਬਣਾਇਆ ਗਿਆ ਇਹਨਾਂ ਨੂੰ ਮੈਸੇਜ ਕਨਵੇ ਕਰਨ ਲਈ ਭੇਜਿਆ ਜਾਂਦਾ ਹੈ ਐਂਡ ਉਹਨਾਂ ਨੂੰ ਨਾਲ ਫਿੱਟ ਕਰ ਦਿੱਤੀ ਹੈ ਮਸ਼ੀਨ ਸੈਲਫ ਡਿਸਟਰਕਸ਼ਨ ਲਈ ਵੀ ਇਹ ਪਹੁੰਚਾਏਗਾ ਮੈਸੇਜ ਉਸ ਤੋਂ ਬਾਅਦ ਇੰਨੇ ਚਿਰ ਬਾਅਦ ਆਪੇ ਹੀ ਬੰਬ ਫਟ ਜਾਣਾ ਇਹਨੇ ਮਰ ਜਾਣਾ ਤੋ ਉਹਨਾਂ ਲਈ ਸਿਰਫ ਇਹ ਵਰਤੋਂ ਕਰਕੇ ਖਤਮ ਕਰਨ ਦੇਣ ਵਾਲੀ ਚੀਜ਼ ਹੁੰਦੇ ਨੇ ਤੋ ਉਸੇ ਤਰ੍ਹਾਂ
ਬਾਲੜੀਆਂ ਦੇ ਸਰੀਰਾਂ ਅੰਦਰ ਕੈਮਰੇ ਫਿੱਟ ਕਰਕੇ ਭੇਜ ਦਿੱਤੇ ਜਾਂਦੇ ਨੇ, ਸੂਏ ਵਜੋਂ ਵਰਤਦੀਆਂ ਨੇ। ਸੋ ਉਹ ਵੀ ਉਹਨਾਂ ਦੀ ਸੈਲਫ ਡਿਸਟਰਕਸ਼ਨ ਯਾਨੀ ਬੰਬ ਬਣਾਇਆ ਉਡਾਤਾ ਉਹਨਾਂ ਨੂੰ ਤਾਂ ਕਿ ਸਾਡੇ ਬਾਰੇ ਜਾਣਕਾਰੀ ਮਿਲੇ ਹੀ ਨਾ, ਖਤਮ ਕਰ ਦੇਣ। ਉਹਨਾਂ ਲਈ ਸਿੰਗਲ ਯੂਜ਼ ਆਈਟਮ ਬਣਾ ਦਿੱਤੇ ਗਏ ਨੇ। ਜੀ ਜੀ ਹੁਣ ਇਸੇ ਵਿੱਚ ਜੋ ਬ੍ਰਾਜ਼ੀਲ ਵਿੱਚ ਅਫਗਾਨੀ ਬੱਚਿਆਂ ਰਾਹੀਂ ਹੈਰੋਇਨ ਪਹੁੰਚਾਉਣ ਦਾ ਕੰਮ ਟਨਾਂ ਦੇ ਹਿਸਾਬ ਨਾਲ ਚੱਲ ਰਿਹਾ ਜੇ, ਜੋ ਇਸ ਵੇਲੇ ਸਾਹਮਣੇ ਗੱਲ ਆ ਚੁੱਕੀ ਹੈ ਕਿ ਉਹ ਵੀ ਇਸੇ ਤਰ੍ਹਾਂ ਹੀ ਵਰਤੋਂ ਕਰਦੇ ਨੇ। ਅੱਗੇ ਦੱਸਿਆ ਹੁੰਦਾ ਕਿ ਜਦੋਂ ਤੁਹਾਡੇ ਕੋਲੇ ਪਹੁੰਚ ਜਾਏਗੀ, ਮਰਡਰ ਕਰ ਦਿਓ, ਇਹਨਾਂ ਨੂੰ ਖਤਮ ਕਰ ਦਿਓ, ਇਹਨਾਂ ਦੀ ਹੋਂਦ ਵੀ ਬਚਣੀ ਨਹੀਂ ਚਾਹੀਦੀ। ਸੋ ਇਹ ਤਰੀਕਾ ਜੇ ਕਿ ਚੀਜ਼ ਪਹੁੰਚੇ ਵੀ ਮਾਰ ਮੁਕਾ ਦਿੱਤਾ ਜਾਏ। ਹੁਣ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਨੇ ਚੀਨ ਦੀ ਮਿਨਿਸਟਰੀ ਦੇ ਨਾਲ ਸਿਵਲ ਅਫੇਅਰਸ ਦੇ ਵਿੱਚ, ਜੋ ਚਾਈਨਾ ਦੀ ਮਿਨਿਸਟਰੀ ਆਫ ਸਿਵਲ ਅਫੇਅਰਸ ਹੈ, ਉਹਨਾਂ ਦੇ ਨਾਲ ਰਲ ਕੇ ਇਹ ਸਪਸ਼ਟ ਕੀਤਾ ਸਨ 2021 ਦੀ ਦੱਸ ਰਹੀ ਹਾਂ ਕਿ 15 ਲੱਖ ਬੱਚੇ ਹਰ ਸਾਲ ਸਿਰਫ ਜ਼ਬਰਦਸਤੀ ਮੰਗਣ ਲਈ ਉੱਥੋਂ ਚੱਕੇ ਜਾ ਰਹੇ ਨੇ, ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਅੱਗੋਂ ਜ਼ਿੰਬਾਬਵੇ ਵਿੱਚ 45.7% ਨੇ ਜਿਹੜੇ ਅੱਗੋਂ ਉੱਥੇ ਮੰਗਣ ਦੇ ਵਪਾਰ ਵਿੱਚ ਜਾ ਰਹੇ ਨੇ। ਇਹ ਵੀ ਯੂਨੀਸੈਫ ਦੀ ਰਿਪੋਰਟ ਹੈ ਕਿ ਤੁਸੀਂ ਸਾਰੇ ਧਿਆਨ ਕਰੋ ਕਿ ਕਿਸ ਪਾਸੇ ਬੱਚੇ ਤੁਹਾਡੇ ਇਲਾਕਿਆਂ ਦੇ ਜਾ ਰਹੇ ਨੇ, ਕੀ ਹੋ ਰਿਹਾ। ਹੁਣ ਇਹਦੇ ਵਿੱਚ ਸਿਰਫ 1 ਮਹੀਨੇ, ਖਿਆਲ ਕਰਿਓ ਕੌਣ ਇੱਥੋਂ ਜਾ ਰਿਹਾ, ਆਮਦਨ ਕਿਸ ਥਾਂ ਤੇ ਜਾ ਰਹੀ ਹੈ, ਧਿਆਨ ਕਰਿਓ, ਕਿਉਂਕਿ ਰਿਪੋਰਟ ਯੂਨੀਸੈਫ ਦੀ ਹੈ। ਉਹਨਾਂ ਨੇ ਲਿਖਿਆ ਕਿ ਇਸ ਧੰਦੇ ਵਿੱਚ 1 ਇਲਾਕੇ ਵਿੱਚੋਂ $40,000 ਦੀ ਆਮਦਨ ਹੁੰਦੀ ਜੇ 1 ਇਲਾਕੇ ਚੋਂ ਪਰ ਵੀਕ। ਹਿਸਾਬ ਲਾ ਲਓ ਕਿੱਥੋਂ ਇਹ ਕੰਮ ਹੋ ਰਿਹਾ ਕਿੰਨਾ। ਤੇ ਹੁਣ ਇਹ ਬਿਜ਼ਨਸ ਜੋ ਪਿਛਲੇ 5 ਸਾਲ ਦੀ ਰਿਪੋਰਟ ਦੇ ਵਿੱਚ ਅਲਬੇਨੀਆ ਵਿੱਚ ਇੱਕ ਬੱਚਾ, ਉਹਨਾਂ ਨੇ 5 ਸਾਲ ਪੁਰਾਣੀ ਗੱਲ ਹੈ ਕਿ ਉਹਨਾਂ ਨੇ ਦੱਸਿਆ ਸੀ ਅਲਬੇਨੀਆ ਵਿੱਚ ਜਦੋਂ ਮੰਗਣ ਜਾਂਦਾ ਬੰਦਾ ਬੱਚਾ ਇੱਕ, ਤਾਂ ਉਹ 15 ਯੂਰੋ ਕਮਾ ਲੈਂਦਾ, ਯਾਨੀ ਉੱਥੋਂ ਦੇ ਅਧਿਆਪਕ ਦੀ ਆਮਦਨ ਤੋਂ ਵੱਧ ਪੈਸੇ ਇੱਕ ਬੱਚਾ ਕਮਾ ਜਾਂਦਾ ਇਸ ਮੰਗਣ ਨਾਲ। ਜੀ 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 ਸੋ ਇਸ ਸਰਕਲ ਨੂੰ ਇੰਨਾ ਜ਼ਿਆਦਾ ਵਧਾ ਦਿੱਤਾ ਗਿਆ, ਜਿਹਦਾ ਨੁਕਸਾਨ ਮੈਂ ਦੱਸਣਾ ਚਾਹੁੰਦੀ ਹਾਂ ਕੀ ਜੇ, ਜ਼ਰਾ ਧਿਆਨ ਕਰਿਓ ਕਿ ਬੱਚੇ ਮਾਨਸਿਕ ਪੱਖੋਂ ਰੋਗੀ ਹੋ ਜਾਂਦੇ ਨੇ, ਇਹਨਾਂ ਨੂੰ ਕੋਈ ਸਪੋਰਟ ਸਿਸਟਮ ਨਹੀਂ ਹੈ। ਸੋ ਨਤੀਜਾ ਜੇ ਇੰਨੇ ਲੱਖਾਂ ਦੀ ਗਿਣਤੀ 'ਚ ਜੋ ਗਾਇਬ ਹੋ ਰਹੇ ਨੇ ਇਹ ਬੱਚੇ, ਪੇਸ਼ਾਵਰ ਇਹ ਯਾਨੀ ਬਣ ਜਾਂਦੇ ਨੇ ਜੁਰਮ ਕਰਨ ਵਾਲੇ, ਪੇਸ਼ੇਵਰ ਜੁਰਮ ਕਰਨ ਵਾਲੇ ਬਣ ਜਾਂਦੇ ਨੇ। ਸੋ ਇਹਦਾ ਮਤਲਬ ਹੈ ਡਾਕੇ, ਕਤਲ, ਜੋ ਰੇਪਸ ਐਂਡ ਜਿੰਨਾ ਵੀ ਕੁਛ ਚੁਫੇਰੇ ਦੇਖ ਰਹੇ ਹੋ, ਇਹ ਉਸਦਾ ਹੋਂਦ ਇੱਥੋਂ ਸ਼ੁਰੂ ਹੁੰਦੀ। ਜੀ ਡਾਕਟਰ ਸਾਹਿਬ, ਤੁਸੀਂ, ਮੈਂ ਦਰਸ਼ਕਾਂ ਨਾਲ ਕਲੀਅਰ ਕਰਦਾ ਕਿ ਤੁਸੀਂ ਪਹਿਲਾਂ ਤਾਂ ਦੱਸਿਆ ਕਿ ਟੋਟਲ ਆਂਕੜੇ ਔਰ ਉਸ ਤੋਂ ਬਾਅਦ ਹਰ ਸਾਲ ਕਿੰਨੇ ਮੁੰਡੇ ਅਤੇ ਕੁੜੀਆਂ, ਤਾਂ ਫਿਰ ਹੁਣ ਤੁਸੀਂ ਬੜਾ ਸੋਹਣਾ ਕਲੀਅਰ ਕਰ ਰਹੇ ਹੋ ਕਿ ਉਹ ਕਿੱਥੇ ਕਿੱਥੇ ਯੂਜ਼ ਹੋ ਰਹੇ ਨੇ ਔਰ ਪੂਰਾ ਜਿਹੜਾ ਨੈਟਵਰਕ ਹੈ ਉਹ ਕਿੰਨਾ ਮਨੀ ਜਨਰੇਟ ਕਰ ਰਿਹਾ। ਆਪਾਂ ਰੁਕਣਾ ਪੈ ਰਿਹਾ ਇੱਕ ਬ੍ਰੇਕ ਤੋਂ ਬਾਅਦ ਡਾਕਟਰ ਸਾਹਿਬ, ਪਰ ਇਹਦੇ ਵਿੱਚ ਇਹ ਵੀ ਦੁਨੀਆਂ ਦੀ ਵੱਧਦੀ ਵਾਦੀ ਅਤੇ ਗਰੀਬੀ ਵੀ ਕੋਈ ਕਾਰਨ ਹੋ ਸਕਦੀ ਹੈ, ਇਹਦੇ ਉੱਤੇ ਪਛਾਤ ਮਾਰਾਂਗੇ ਜ਼ਰੂਰ। ਦਰਸ਼ਕ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ, ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਬਹੁਤ ਹੀ ਅੱਛਾ ਸਬਜੈਕਟ ਜਿਹੜਾ ਅਸੀਂ ਲੈ ਕੇ ਆਏ ਹਾਂ, ਔਰ ਮੈਂ ਬੜੀਆਂ ਰਿਪੋਰਟਾਂ ਪੜ੍ਹਨ ਤੋਂ ਬਾਅਦ ਇਹ ਸੋਚਿਆ ਸੀ ਕਿ ਡਾਕਟਰ ਸਾਹਿਬ ਦੇ ਆਂਕੜੇ ਲਵਾਂਗੇ ਅਤੇ ਕਾਰਨ ਪੁੱਛਾਂਗੇ। ਹਾਲੇ ਕਾਰਨ ਦੱਸ ਰਹੇ ਨੇ, ਉਸ ਤੋਂ ਬਾਅਦ ਉਹਨਾਂ ਦਾ ਕੀ ਕੀਤਾ ਜਾਂਦਾ, ਬੱਚੇ ਜਿਹੜੇ ਕਿਡਨੈਪ ਕੀਤੇ ਜਾਂਦੇ ਜਾਂ ਬਹਿਕਾਵੇ ਦੇ ਵਿੱਚ ਲਿਆ ਜਾਂਦਾ ਉਹਨਾਂ ਨੂੰ। ਡਾਕਟਰ ਸਾਹਿਬ, ਇੱਕ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਬਜੈਕਟ ਹੈ, ਜਿੱਡੀਆਂ ਸਾਡੀਆਂ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੀਆਂ ਬੱਚੀਆਂ, ਛੋਟੀਆਂ ਭੈਣਾਂ ਜਿਹੜੀਆਂ ਸਟੂਡੈਂਟ ਵੀਜ਼ੇ 'ਤੇ ਆ ਰਹੀਆਂ ਨੇ, ਮੈਂ ਇਕੱਲੇ ਕੈਨੇਡਾ ਦੀ ਗੱਲ ਕਰਦਾ, ਹੋ ਸਕਦਾ ਇਹ ਪ੍ਰੋਬਲਮ ਹਰ ਜਗ੍ਹਾ ਹੋਵੇ, ਉੱਥੇ ਕੀ ਵਾਪਰਿਆ? ਤੁਸੀਂ ਮਾੜਾ ਜਿਹਾ ਕਵਰ ਕੀਤਾ ਸੀ, ਪਰ ਉਹ ਬਹੁਤ ਰਿਪੋਰਟਾਂ ਜਿਹੜੀਆਂ ਨਾ ਉਹ ਨਿਕਲ ਕੇ ਹੋਰ ਤਰ੍ਹਾਂ ਦੀਆਂ ਆ ਰਹੀਆਂ ਨੇ, ਆਪਾਂ ਕਿਸ ਦਿਨ ਉਹਦੀ ਗੱਲ ਅੱਡ ਕਰਾਂਗੇ। ਪਰ ਮੈਨੂੰ ਇੱਕ ਗੱਲ ਦੱਸੋ ਡਾਕਟਰ ਸਾਹਿਬ, ਇਹ ਕੀ ਆਪਾਂ ਕਾਜ਼ਵਲ ਚਾਹੀਏ ਕਿ ਇਹ ਵੱਧਦੀ ਗਰੀਬੀ ਜਾਂ ਵੱਧਦੀ ਪਾਪੂਲੇਸ਼ਨ ਵੀ ਇੱਕ ਕਾਰਨ ਹੈ ਇਸ ਚੀਜ਼ ਦਾ? ਜੇ ਪੰਨੂ ਸਾਹਿਬ ਜੁੜ ਗਏ, ਆਪਾਂ ਇੱਕ ਕਾਲ ਲੈ ਲਈਏ, ਉਸ ਤੋਂ ਬਾਅਦ ਜੁੜਦੇ ਹਾਂ। ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਤੁਸੀਂ ਔਨ ਏਅਰ ਹੋ ਜੀ। ਜੀ ਜਸ ਪੰਜਾਬੀ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਔਰ ਡਾਕਟਰ ਹਰਸ਼ਿੰਦਰ ਹੋਣਾ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ 'ਚ। ਜੀ ਸਵਾਲ ਮੇਰਾ ਇਹ ਹੈਗਾ ਕਿ ਹਿਊਮਨ ਟ੍ਰੈਫਿਕਿੰਗ ਜਿਹੜੀ ਇੰਡੀਆ ਦੇ ਵਿੱਚ ਹੁੰਦੀ ਆ, ਭਾਰਤ ਵਿੱਚ ਹੁੰਦੀ ਆ, ਇਸ ਨੂੰ ਆਮ ਜਨਤਾ ਕਿੱਦਾਂ ਆਈਡੈਂਟੀਫਾਈ ਕਰ ਸਕਦੀ ਆ, ਕਿੱਦਾਂ ਪਹਿਚਾਣ ਸਕਦੀ ਆ, ਔਰ ਕਿਹੜੇ ਕਿਹੜੇ ਮੈਜ਼ਰਮੈਂਟਸ ਹੋ ਸਕਦੇ ਨੇ, ਅਸੀਂ ਇਸ ਪ੍ਰੋਬਲਮ ਨੂੰ ਕਿੱਦਾਂ ਟੈਕਲ ਕਰੀਏ, ਕੀ ਪੁਲਿਸ ਨੂੰ ਇਨਫੋਰਮ ਕਰੀਏ, ਜਾਂ ਅਸੀਂ
ਕਿੱਦਾਂ ਅਵੇਅਰਨੈਸ ਕੰਪੇਨ ਚਲਾ ਕੇ ਆਮ ਜਨਤਾ ਨੂੰ ਇਹਦੇ ਬਾਰੇ ਅਸੀਂ ਦੱਸ ਸਕੀਏ। ਜੀ 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 ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਆਨਸਰ ਸੁਣੋ। ਜੀ ਡਾਕਟਰ ਸਾਹਿਬ जी एक्चुअली बहुत लंबा आंसर उन्होंने कर लिया। मेरा ख्याल पहला मैं तुहाड़े सवाल का जवाब देना चाहवांगी। दरअसल गरीबी बिल्कुल मैं सहमत हाँ, ये एक बहुत वड्डी जो साडे दिस रहा एक कारण अंडरलाइन। दूजी चीज आप ही बच्चा पढ़ाई तो परां हो जाण बाद जो बाहर जाण नूं लोचदा। तीसरी गल घर दे विच हुंदी हिंसा, बहुत मार कुटाई जिथों बच्चा भज जांदा निकलदा कि मैं इत्थे रहना ही नहीं चाहुंदा। सो वह भी एक वड्डा कारण है। प्यार पालदा पर वो इस तरह दल दल विच फस जांदा है। फिर वो सुफने जो छोटे बच्चों दिखा दिते जाते हैं कि बाहर जाओ तो तुसी जी नोट या डॉलर ला लेने ने दरख्तों तो। सो एक वक्त वो भी राह साढ़े सामने आ जाता। फिर जेडे इस वेले ढंग तरीके जो इन्होंने दसे ने उस तो अलावा एक दस दया कि बच्चे चुकन का सिर्फ यही कारण नहीं। चाइना विच भुखमरी दौरान मैं गल बहुत पुरानी दस रही हूँ इतों समझ आ जाए कि की एक कारण यह भी हुंदा सी। उदों 1958 विच जिक्र मिलता जे इहदा मामले दर्ज भी पुलिस छोए ने। भुखमरी के दौरान वो गुआंढियां दा बच्चा चुक के भुन के खा जाया करते सन। ये प्रूफ है, ये रिपोर्ट दर्ज हुई हुई है उन्होंने। यानी इस तरह जो ट्रैफिकिंग ता वक्री जो बच्चे चुकन दा ए रुझान अज तो नहीं बहुत पुराना जे। फिर वो बेटियां जड़ियां सुट दित्तियां जांदियां ने सानू चाहीदियां ही नहीं। वो किस तरीके नरक भोगदियां ने तुहाडे सामने ही आ चुका है भी ये हाल विचों लंघदियां ने। जिथों तक इन्हां दा सवाल सी पन्नू साहब दा मैं वो दस दिया क्योंकि बड़ा वड्डा उहदा जवाब जे बड़ा मेजर इनवॉल्वमेंट है जो इंटरनेशनल लैवल ते पहला आपां गल करिए रोकण दे की कीते गए ने। फिर पंजाब पद्धर ते गल करांगे या इंटरनेशनल लैवल ते देखो बहुत सारे समाज सेवियां ते संगठन बने हुए ने जिन्हां ने इन्हां जिहड़े मंगण वाले बच्चों के उत्ते ज्यादा जोर पाया कि इन्हां दा जो एक वड्डी गिणती सिर्फ मंगण लई लाए जा रहे ने इहदा मतलब है इन्हां लई कोई स्कूल्स खोले जाण, इन्हां बारे अवेयरनैस लोकां नूं कीती जाए। सो इंटरनेशनल लैवल ते एक अपील जारी हुई हुई है रब दा वास्ता जे मंगते जो सामने आस पास दिखते ने एक धेला आना भी ना दिओ। एक भी आना धेला जां तुसी एक डॉलर भी दिता जे दा मतलब है उहदे पिछे पंज होर बच्चे चुके जाने ने। जद तक ये चीज संपूर्ण रूप विच रोक नहीं लगती दुनिया भर विच उदों तक ये बच्चे चुकने बंद नहीं होणगे। सो पहली चीज तो उहनां नूं खाण लई देना जे कुछ दे दिओ, पैसा उक्का ही देना बंद करो। दूसरी चीज जिवें दस्या के उन्होंने लई एक अवेयरनैस कैंपेन सारी दुनिया विच शुरू होना चाहिए जिदे विच जिवें के इस थां ते इन्ने बच्चे ने चुके गए ने भाई जे ये जा रहे ने। अवेयरनैस स्कूलों विच शुरू होनी चाहिए है भी सिर्फ बाहर जाना ते अगों देखो इस दलदल च फस सकदे हो, ये हालात विचों लंघ रहे ने। स्कूल लैवल ते उन्हां नूं अवेयरनैस बच्चों नूं होनी जरूरी है कि भाई बाहर जाना या भजना तुहाडे लई दरख्तां तों डॉलर लाने नहीं हन, ये जिंदगी है जिस विचों लंघनी पैंदी जे। सो ये अवेयरनैस कैंपेन्स स्कूल्स विच कॉलेजेस विच बहुत जरूरी है। पेरेंट्स दे नाल इहदी गल करनी जरूरी है। घरेलू हिंसा दे उत्ते रोक लगनी चाहीदी है जिथों बच्चे बाहर भजदे ने उन्हां नूं ये दसण दी लोड़ है। फिर नैक्सट आंदा जे इन्हां लई फंड रेजिंग क्योंकि ये बच्चे ने जिन्हां चों बहुत सारे एड्स विच फस चुके हुए ने, बहुत ने जिहड़े मानसिक पक्खों रोगी बन गए ने, जिवें मैं दस्सिया कुछ सीरियल किलर्स बन चुके ने, सीरियल रेपिस्ट बन चुके ने, इन्हां दी ट्रीटमेंट बहुत जरूरी है। सो वो सिर्फ जद तक एक एनजीओ स्थापित ना होवे हर सूबे विच घट्टो घट्ट पंज पंज उहदियां ब्रांचिस चाहीदियां जिहड़ियां पिंड पद्धर उत्ते जानकारी दिंदियां होण ते सब नूं पता होए कि इत्थे जा के साडे बच्चे सुरक्षित रह सकदे ने। जी जी उहदे नालो नाल एडवोकेट दी सख्त लोड़ है। जी उहदा मतलब है कि जिहड़ा भी इहो जे केस जो सामने आंदे ने उहनां दे ह्यूमन राइट्स लई फाइट कर सकण। सो जिथे मेडिकल नीड दी लोड़ है, साइकैट्रिस्ट दी लोड़ है, साइकोलॉजिस्ट दी लोड़ है, एडवोकेट दी लोड़ है, उत्थे इहनां नूं फाइनैंशियल हैल्प बहुत लोड़ है क्योंकि ये भुखमरी दे शिकार होए पए ने। सो इन्हां नूं फाइनैंशियली किते ना किते कम लाना पहला पढ़न वाले पासे क्योंकि बच्चे बहुत छोटी उम्र च चुके जांदे ने 7-8 साल च,
कई उस तो भी छोटी। सो पहला तो उन्होंने प्रॉपर स्कूलिंग, प्रॉपर होस्टल्स जिथे इन्हों की मेनटेनेंस हो सके, सही सेध दिती जा सके। उदे नालों नाल जो इंटरनेशनल लेबर ऑर्गेनाइजेशन गल कर रही है, यूनिसेफ कर रही है गल, ओ कर दी जे इवेंट होल्डिंग दा मतलब हुंदा जे के वक्खो वक्ख समाजिक पद्धर ते जेडे थोड़े रजे पुजे सुखाले लोग ने उना विच ए चीजां दी जानकारी डिटेल्ड विच इवेंट्स रख के दसी जावे, जिन्हां विच एक पासे तां उत्थे मनी कलैक्शन हो जांदी है कि भई आओ एक असी डिनर रख रहे हां इन्ना क थोड़ा अमाउंट दे के करो, ते ओ जिहड़ा एनजीओ होएगी उहदी सपोर्ट तां होएगी होएगी, नाले इह वी दस दित्ता जांदा है भई किते नूं सिर्फ गरीब देख के जदों तुसीं पैसे दे दिंदे हो उहनूं नहीं पहुंचदे, ओह तां जिहड़ा इह पिछे चला रिहा कामकार उहनूं पहुंच रिहा। सो इह ईवेंट होल्ड करन दा मतलब है कि जिहड़ी एनजीओ सिर्फ इन्हां बच्चियां दे उत्ते खर्चा कर रही है, एक तां दो तरफा काम हो जांदा, एक तां उन्हां नूं सपोर्ट बच्चियां नूं मिली, दूसरा अवेयरनेस हो जांदी है कि पैसे इदां देने सगों नुकसान दे ने। तीसरी जिहड़ी एक होर इंपॉर्टेंट इहदे नाल ईवेंट होल्डिंग दे नाल है, जिवें इलिनोया च कीता स्ट्रिक्ट बैन कि ऑनलाइन जिहड़ियां तुसीं नाबालग बेटियां दी सेल जिहड़ी इह कर रहे ने इहदे लई स्ट्रिक्टली यूनिसेफ ने भी रिप्रेजेंटेशंस कई दे दित्तियां कि इन्हां ते संपूर्ण रोक लगनी चाहीदी। इसे तरह चाइल्ड पोर्नोग्राफी ते संपूर्ण रोक लगनी चाहीदी है, ये इंटरनेशनल लेबर ऑर्गेनाइजेशन वालों भी आवाज उठी आई गई है, पर जे एक थां ते इहदे ते रोक लग सकी सी तां मेरा ख्याल है कोई वड्डी गल नहीं, जे सारियां नूं जानकारी होवे तां इंटरनेशनल लेवल ते ये असीं कदम पुट सकदे हां। इन्हां दे नाल जिहड़े सरवाइवर्स हुंदे ने उन्हां दी मदद बहुत जरूरी जे, कई ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਫੌਜ ਵਿੱਚ ਵਰਤ ਕੇ ਮਾਰ ਦੇਣ ਲਈ ਸੁੱਟ ਦਿੱਤੇ ਜਾਂਦੇ ਨੇ ਜੀ, ਉਹ ਬੰਦੇ ਜਿਹੜੇ ਬਚ ਜਾਂਦੇ ਨੇ, ਯਾਨੀ ਕੋਈ ਅਪੰਗ ਹੋ ਗਏ, ਬੰਬ ਫਟਿਆ, ਬਾਂਹ ਉਤਰ ਗਈ, ਲੱਤ ਉਤਰ ਗਈ, ਇਹ ਬੰਦੇ ਇਹ ਬੱਚੇ ਬਿਲਕੁਲ ਨਕਾਰਾ ਹੋ ਜਾਂਦੇ ਨੇ, ਇਹਨਾਂ ਦੀ ਹੈਲਪ ਬਹੁਤ ਜ਼ਰੂਰੀ ਜੇ ਸਿਰਫ ਤਾਂ ਹੋਏਗੀ ਜੇ ਅਸੀਂ ਇਹਨਾਂ ਨੂੰ ਆਈਡੈਂਟੀਫਾਈ ਕਰ ਸਕਾਂਗੇ, ਉਹ ਸਿਰਫ ਤਾਂ ਹੀ ਹੈ ਜੇ ਵੱਡੀ ਪੱਧਰ ਤੇ ਅਸੀਂ ਅਵੇਅਰਨੈਸ ਸ਼ੁਰੂ ਕਰਾਂਗੇ। ਸੋ ਇਹ ਸਿਸਟਮ ਜੇ ਜਿਹੜਾ ਇੰਟਰਨੈਸ਼ਨਲ ਚੱਲਦਾ, ਜੇ ਆਪਾਂ ਲੋਕਲ ਸਿਸਟਮ ਫਿਰ ਅੱਗੋਂ ਗੱਲ ਕਰਦੇ ਹਾਂ। ਜੀ ਜੀ ਡਾਕਟਰ ਸਾਹਿਬ, ਤੁਸੀਂ ਐਨ ਜੀ ਓਜ਼ ਦੀ ਗੱਲ ਕੀਤੀ, ਮੈਂ ਇੱਥੋਂ ਕੁਐਸਚਨ ਖੜਾ ਹੋ ਜਾਂਦਾ ਹੈ ਕਿ ਕੀ ਆਪਾਂ ਐਨ ਜੀ ਓ ਬਣਾ ਲੈਂਦੇ ਹਾਂ ਕਿ ਆਪਾਂ ਨੂੰ ਕੀ ਗਰੰਟੀ ਜਿੰਨੇ ਉਹ ਉਹਦੇ ਵਿੱਚ ਮੈਂਬਰ ਨੇ ਉਹ ਪੂਰੇ ਦੇ ਪੂਰੇ ਦੁੱਧ ਦੇ ਧੋਤੇ ਹੋਏ ਨੇ ਕਿ ਉਹਦੇ ਵਿੱਚ ਨਹੀਂ ਗਾ ਹਾਲਾਤ? ਤੁਸੀਂ ਪਿੱਛੇ ਜੇ ਚੰਡੀਗੜ੍ਹ ਡਰੱਗ ਐਡਿਕਟਿੰਗ ਸੈਂਟਰ ਸੀਗਾ ਜਿਹੜਾ ਉਹਨਾਂ ਨੂੰ ਸੰਭਾਲਦਾ ਸੀਗਾ ਕਿ ਉਹਨਾਂ ਦੀ ਜਿਹੜੀ ਐਡਿਕਸ਼ਨ ਹੈ ਉਹ ਹਟਾਈ ਜਾਵੇ, ਮੈਂ ਇੱਕ ਬੱਚੀਆਂ ਦਾ ਅੱਡ ਬਣਿਆ ਸੀ, ਤਾਂ ਉਸ ਤੋਂ ਬਾਅਦ ਉਹ ਕਈ ਚੀਜ਼ਾਂ ਉੱਭਰ ਕੇ ਸਾਹਮਣੇ ਆਈਆਂ ਜਿਹੜੀਆਂ ਡਰਾਉਣ ਵਾਲੀਆਂ ਸੀਗੀਆਂ। ਆਪਣੇ ਨੇ ਕਾਲਰ ਜੁੜ ਕੇ ਲੈ ਕੇ ਤਾਂ ਆਪਾਂ ਬ੍ਰੇਕ ਲੈ ਕੇ ਅੱਗੇ ਵੱਧਦੇ ਹਾਂ ਜੀ। ਤੁਸੀਂ ਆਉਣੇ ਰਹੋ, ਕੌਣ ਸਾਹਿਬ ਬੋਲ ਰਹੇ ਹੋ? ਮੈਂ ਜੀ ਤਰਲੋਚਨ ਸਿੰਘ ਬੋਲ ਰਿਹਾ ਜੀ, ਸਿੱਧੀ ਆਸਟ੍ਰੇਲੀਆ ਤੋਂ ਜੀ। ਹਾਂਜੀ ਹਾਂਜੀ, ਸਰਦਾਰ ਤਰਲੋਚਨ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜਸ ਪੰਜਾਬੀ ਦੇ ਮੰਚ ਤੇ। ਹਾਂਜੀ ਧੰਨਵਾਦ ਜੀ, ਬੜਾ ਵਧੀਆ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਜਿਹੜਾ ਚੱਲ ਰਿਹਾ ਬੱਚਿਆਂ ਬਾਰੇ ਜੀ, ਜਿਹੜਾ ਬੱਚੇ ਸਾਡੇ ਚੱਕੇ ਜਾਂਦੇ ਨੇ। ਜੀ ਜੀ ਜੀ, ਮੈਂ ਸਵਾਲ ਪੁੱਛ ਸਕਦਾ ਜੀ ਹੁਣ ਕੀ? ਹਾਂਜੀ ਹਾਂਜੀ, ਤੁਸੀਂ ਆਨਰ ਪੁੱਛ ਸਕਦੇ, ਡਾਕਟਰ ਹਰਸ਼ਿੰਦਰ ਕੌਰ ਜੀ ਆਨਲਾਈਨ ਨੇ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਹਰਸ਼ਿੰਦਰ ਕੌਰ ਜੀ। ਜੀ ਮੇਰੇ ਇੱਥੇ ਇੱਕ ਦੋ ਸਵਾਲ ਨੇ ਜਿਹੜੇ ਮੈਂ ਤੁਹਾਡਾ ਪ੍ਰੋਗਰਾਮ ਦੇਖ ਕੇ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਪਹਿਲੀ ਗੱਲ ਇਹ ਵੀ ਜਿਹੜੇ ਬੱਚੇ ਸਾਡੇ ਚੱਕੇ ਜਾਂਦੇ ਨੇ ਭਾਰਤ ਤੋਂ ਜਾਂ ਜਿਹੜੇ ਸਾਡੇ ਇਲਾਕਿਆਂ ਤੋਂ, ਉਹਨਾਂ ਨੂੰ ਆਪਾਂ ਇੰਟਰਨੈਸ਼ਨਲ ਲੈਵਲ ਤੇ ਕਿਵੇਂ ਬਾਹਰਲੇ ਮੁਲਕ ਭੇਜ ਸਕਦੇ ਨੇ? ਕਿਤੇ ਨਾ ਕਿਤੇ ਮਿਲੀ ਭਗਤੀ ਚੱਲਦੀ ਹੋਣੀ ਸਰਕਾਰਾਂ ਦੀ ਜਾਂ ਐਨ ਜੀ ਓ ਦੀ ਵੀ ਹੋ ਸਕਦੀ ਮਿਲੀ ਭਗਤੀ, ਹੁਣ ਅਦਰਵਾਈਜ਼ ਬੱਚੇ ਚੱਕਣੇ ਇਸ ਕੰਟਰੀ ਦੂਸਰੀ ਕੰਟਰੀ ਲਿਜਾਣਾ ਹੈ ਇੱਕ ਸੌਖੀ ਗੱਲ ਨਹੀਂ ਹੁੰਦੀ। ਜੀ 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 ਜੀ, ਤੇ ਦੂਜਾ ਮੈਂ ਪੁੱਛਾਂਗਾ ਵੀ ਜਿਹੜੀ ਸਾਡੀ ਜਦੋਂ ਡਾਟਾ ਸਾਡੇ ਕੋਲ ਹੈਗਾ ਸਾਡੇ ਕੋਲ ਵੀ ਇੰਨੇ ਬੱਚੇ ਚੱਕੇ ਜਾ ਰਹੇ ਨੇ, ਉਹਨਾਂ ਨਾਲ ਇਹ ਹਾਲਾਤ ਪੈਦਾ ਹੋ ਰਹੇ ਨੇ, ਇਹ ਕੰਮ ਕਰ ਰਹੇ ਨੇ, ਉਹਨੂੰ ਮਾਰਿਆ ਜਾਂਦਾ ਤੜਪਾਇਆ ਜਾਂਦਾ ਹੈ, ਫਿਰ ਵੀ ਰੋਕ ਕਿਉਂ ਨਹੀਂ ਲੱਗ ਰਹੀ? ਇਹ ਕਮਿਊਨਿਟੀ ਦੀ ਵਾਧੀ ਕਿਉਂ ਜਾ ਰਹੀ ਹੈ ਜਿਹੜੀ? ਜੀ ਜੀ ਜੀ, ਆਂਸਰ ਸੁਣੋ ਜੀ ਤੁਸੀਂ ਆਪਦੀ ਟੀਵੀ ਸਕਰੀਨ ਤੇ। ਸਰਦਾਰ ਤਰਲੋਚਨ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਆਸਟ੍ਰੇਲੀਆ ਤੋਂ ਕਾਲ ਕੀਤੀ। ਜੀ ਮੇਰਾ ਖਿਆਲ ਹੈ ਬਾਜੀ ਨੇ ਸ਼ਾਇਦ ਫਸਟ ਹਾਫ ਸਾਡਾ ਸੁਣਿਆ ਨਹੀਂ, ਅਸੀਂ ਉਹਦੇ ਵਿੱਚ ਪਹਿਲਾਂ ਹੀ ਇਹ ਦੋਨੋਂ ਚੀਜ਼ਾਂ ਦੀ ਡਿਟੇਲ ਦੱਸ ਦਿੱਤੀ ਸੀ ਕਿ ਇਹ ਹੈ ਹੀ ਇੱਕ ਚੰਗਾ ਗਿਰੋਹ ਕੰਮ ਕਰਦਾ ਇੰਟਰਨੈਸ਼ਨਲ ਲੈਵਲ ਤੇ, ਜੋ ਕਿ ਪਹਿਲਾਂ ਲੋਕਲ ਲੈਵਲ ਤੇ ਇੱਕ ਬਾਬਿਆਂ ਦੇ ਰੂਪ ਵਿੱਚ ਹੀ ਪਹੁੰਚਦਾ ਹੈ, ਜਾਂ ਉਹ ਬੰਦਾ ਜਿਹੜਾ ਇਹਨਾਂ ਨੂੰ ਝਾਂਸਾ ਦਿੰਦਾ ਹੈ, ਏਜੰਟ ਤੋਂ ਸ਼ੁਰੂ ਹੁੰਦੇ ਨੇ ਕੰਮ, ਤੇ ਫਿਰ ਉਹ ਇੱਕ ਗਿਰੋਹ ਜੋ ਵਿਚਕਾਰ ਇੱਕ ਸਰਗਨਾ ਹੁੰਦਾ ਜਿਹੜਾ ਸਾਰਾ ਹੇਠਾਂ, ਉਹਦਾ ਤਾਂ ਪਤਾ ਹੀ ਨਹੀਂ ਲੱਗਦਾ ਹੇਠਲੀ ਪੱਧਰ ਤੇ ਹੀ, ਜਿਹਨੇ ਕਈ ਕੰਟਰੀਜ਼ ਵਿੱਚ ਆਪਣੇ ਇਸੇ ਤਰ੍ਹਾਂ ਏਜੰਟ ਛੱਡ ਕੇ ਤੇ ਜਿਸ ਜਿਸ ਥਾਂ ਤੋਂ ਡਿਮਾਂਡ ਜਿਸ ਤਰੀਕੇ ਦੀ ਆਉਂਦੀ ਹੈ ਉਸ ਤਰੀਕੇ ਇਹ ਪਹੁੰਚਾਏ ਜਾਂਦੇ ਨੇ।
ਸੋ ਇਹ ਇੱਕ ਸਰਕਲ ਹੈ। ਦੂਜੀ ਇੰਪੋਰਟੈਂਟ ਗੱਲ ਉਹਨਾਂ ਦੇ ਸਵਾਲ ਦਾ ਸਿਰਫ ਇੱਕ ਮਿੰਟ, ਜਿੱਥੇ ਉਹਨਾਂ ਨੇ ਕਿਹਾ ਕਿ ਪਤਾ ਕਿਉਂ ਨਹੀਂ ਲੱਗਦਾ, ਮੈਂ ਉਹ ਵੀ ਕਲੀਅਰ ਕਰ ਚੁੱਕੀ ਹੋਈ ਹਾਂ ਕਿ ਸੀਆਈਡੀ ਦੇ ਬੰਦੇ, ਪੁਲਿਸ ਦੇ ਬੰਦੇ, ਹਾਈ ਲੈਵਲ ਅਫੀਸ਼ੀਅਲਸ ਇਹਦੇ ਵਿੱਚ ਇਨਵੋਲਵਡ ਨੇ। ਸੋ ਆਪਾਂ ਕਿਹਨਾਂ ਅੱਗੇ ਰੋ ਰਹੇ ਹਾਂ। ਤੀਸਰੀ ਕਿ ਐਨਜੀਓ ਜੋ ਤੁਸੀਂ ਗੱਲ ਕੀਤੀ ਸੀ ਉਹ ਆਪਾਂ ਮੇਰਾ ਖਿਆਲ ਹੈ ਅਗਲੇ ਆਪਾਂ ਬ੍ਰੇਕ ਤੋਂ ਬਾਅਦ ਉਹਦੀ ਗੱਲ ਕਰਦੇ ਹਾਂ। ਦਰਸ਼ਕੋ ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ, ਲਾਸਟ ਬ੍ਰੇਕ ਹੈ। ਬਹੁਤ ਸੋਹਣਾ ਇਲੈਬੋਰੇਟ ਕਰ ਰਹੇ, ਤੁਹਾਡੀਆਂ ਕਾਲਾਂ ਵੀ ਆ ਰਹੀਆਂ, ਕੋਸ਼ਿਸ਼ ਕਰਾਂਗੇ ਕਾਲਾਂ ਲੈਣ ਦੀ। ਅਤੇ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ 'ਚ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਣੇ ਨਾਲ ਬਣੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ। ਡਾਕਟਰ ਸਾਹਿਬ, ਮੈਂ ਜਿਹੜੀ ਕਾਲ ਤੁਹਾਨੂੰ ਕੁਐਸਚਨ ਪੁੱਛ ਰਿਹਾ ਸੀ, ਆਪਾਂ ਬਾਹਰਲੀਆਂ ਕੰਟਰੀਆਂ ਨੂੰ ਛੱਡ ਦਈਏ, ਮੈਂ ਇੰਡੀਆ ਦੀ ਗੱਲ ਕਰ ਰਿਹਾ ਕਿ ਤੁਸੀਂ ਜ਼ਿਕਰ ਕੀਤਾ ਸੀ ਕਿ ਐਨ ਜੀ ਓਸ ਜਿਹੜੀ ਹੈ ਕੁੜੀਆਂ ਦਾ, ਆਪਣੀਆਂ ਭੈਣਾਂ ਦਾ, ਜੋ ਵੀ ਆ ਉਹਨਾਂ ਦਾ ਖਿਆਲ ਕਰ ਸਕਦੀਆਂ, ਛੋਟੇ ਬੱਚਿਆਂ ਦਾ ਵੀ ਕਰ ਸਕਦੀਆਂ, ਉਹਨਾਂ ਨੂੰ ਜਿਹੜਾ ਇਹ ਸਟਰੋਂਗ ਲੈਵਲ 'ਤੇ ਐਨ ਜੀ ਓ ਨੂੰ ਉੱਥੇ ਕਾਮਯਾਬ ਕੀਤਾ ਜਾਣਾ ਚਾਹੀਦਾ। ਦੋ ਕੁਐਸਚਨ ਖੜ੍ਹੇ ਹੁੰਦੇ ਡਾਕਟਰ ਸਾਹਿਬ ਇੱਥੇ। ਇੱਕ ਤਾਂ ਜਦੋਂ ਕਰੋੜਾਂ ਦਾ ਨੈੱਟਵਰਕ ਹੋਵੇ, ਕਰੋੜਾਂ ਰੁਪਏ ਬਣ ਰਹੇ ਹੋਣ, ਕਿਉਂ ਲੋਕ ਐਨ ਜੀ ਓਜ਼ ਨੂੰ ਕਾਮਯਾਬ ਹੋਣ ਦੇਣਗੇ? ਨੰਬਰ 2, ਕਿ ਐਨ ਜੀ ਓਜ਼ ਦੇ ਮੈਂਬਰ ਸਾਰੇ ਦੁੱਧ ਧੋਤੇ ਹੋਣਗੇ? ਵੱਡਾ ਸਵਾਲ ਇੱਥੇ ਖੜ੍ਹਾ ਹੁੰਦਾ ਜੀ। ਆਪਣੇ ਕੋਲ ਹੈਗੇ 8-9 ਮਿੰਟ, ਤੁਸੀਂ ਬੜੇ ਆਰਾਮ ਨਾਲ ਐਲੈਬਰੇਟ ਕਰੋ ਜੀ। ਮੈਂ ਬਿਲਕੁਲ ਤੁਹਾਡੇ ਨਾਲ 100% ਸਹਿਮਤ ਹਾਂ, ਕਿਉਂਕਿ ਜਿੰਨੀਆਂ ਕੁ ਸੰਸਥਾਵਾਂ ਛੋਟੀਆਂ, ਪਹਿਲਾਂ ਮੈਂ ਗੱਲ ਛੋਟੀਆਂ ਬੇਟੀਆਂ ਦੀ ਕਰਾਂਗੀ, ਕਿਉਂਕਿ ਸਾਡੇ ਸਮਾਜ ਵਿੱਚ ਬੇਟਿਆਂ ਨੂੰ ਤਾਂ ਅਗਾਂਹ ਲਿਆਇਆ ਹੀ ਨਹੀਂ ਜਾਂਦਾ ਜਿੰਨੀ ਕੁ ਉਹਨਾਂ ਨਾਲ ਐਕਚੁਅਲੀ ਸਰੀਰਕ ਸ਼ੋਸ਼ਣ ਹੋ ਰਿਹਾ। ਉਹ ਹਸਪੀਟਲਸ ਵਿੱਚ ਸਾਡੇ ਕੋਲ ਬਤੌਰ ਇੱਕ ਡਾਕਟਰ, ਮੈਂ ਹਾਂ ਹੀ ਬੱਚਿਆਂ ਦੀ ਡਾਕਟਰ, ਉਹ ਤਾਂ ਸਾਡੇ ਕੋਲ ਕੇਸ ਬੇਅੰਤ ਨੇ, ਹਾਲਾਂਕਿ ਉਹਨਾਂ ਦਾ ਜ਼ਿਕਰ ਕਰਨਾ ਹੀ ਨਹੀਂ ਚਾਹੁੰਦੇ ਲੋਕ ਸ਼ਰਮ ਦੇ ਮਾਰੇ। ਉਹਨਾਂ ਸਗੋਂ ਧੀਆਂ ਬਾਰੇ ਹੁਣ ਆਵਾਜ਼ ਚੁੱਕਣ ਲੱਗ ਗਏ ਨੇ, ਪਰ ਬੇਟਿਆਂ ਬਾਰੇ ਚੁੱਕ ਨਹੀਂ ਰਹੇ। ਇਹਨਾਂ ਦਾ ਸ਼ੋਸ਼ਣ, ਪਹਿਲੀ ਚੀਜ਼, ਇਹਨੂੰ ਜੇ ਕੰਟਰੋਲ ਦੀ ਗੱਲ ਕਰਦੇ ਹੋ, ਐਨ ਜੀ ਓ ਮੈਂ ਤੁਹਾਡੇ ਨਾਲ ਸਹਿਮਤ ਹਾਂ, ਉਹਨਾਂ ਚੋਂ 70% ਲੋਕ ਐਨ ਜੀ ਓਜ਼ ਜੋ ਨੇ ਉਹ ਸਾਨੂੰ ਇੱਥੇ ਬੜੀ ਵਾਰ ਖਬਰਾਂ ਨਿਕਲਦੀਆਂ ਨੇ ਕਿ ਉਹ ਆਪ ਹੀ ਇਸ ਸਿਸਟਮ ਵਿੱਚ ਇਨਵੋਲਵ ਹੋ ਜਾਂਦੀਆਂ ਨੇ, ਪੈਸਿਆਂ ਦੇ ਖਾਤਰ ਉਹ ਆਪ ਹੀ ਸਗੋਂ ਇਹਨਾਂ ਬੱਚਿਆਂ ਨੂੰ ਵਾਪਸ ਫਿਰ ਉੱਧਰ ਹੀ ਭੇਜ ਦਿੰਦੇ ਨੇ, ਧੱਕ ਦਿੰਦੇ ਨੇ। ਸੋ ਗੱਲ ਕਰੀਏ ਸਭ ਤੋਂ ਪਹਿਲਾਂ ਕਿ ਇਹਨਾਂ ਦਾ ਸਭ ਤੋਂ ਵੱਧ ਸ਼ੋਸ਼ਣ ਹੋ ਕਿੱਥੇ ਰਿਹਾ। ਪਹਿਲੀ ਚੀਜ਼, ਇਹਨਾਂ ਦਾ ਸ਼ੋਸ਼ਣ ਜੋ ਕਿ UNO ਮੁਤਾਬਕ 37-41% ਬੇਟੀਆਂ ਤੇ ਬੇਟੇ ਘਰਾਂ ਵਿੱਚ ਹੀ ਸ਼ਿਕਾਰ ਹੁੰਦੇ ਨੇ। ਸੋ ਪਹਿਲੀ ਪ੍ਰਾਇਓਰਿਟੀ ਇਹਦਾ ਮਤਲਬ ਹੈ ਜੋ ਇੰਡੀਆ ਵਿੱਚ ਗੱਲ ਕਰਨ ਦੀ ਲੋੜ ਹੈ ਕਿ ਸਕੂਲਸ ਦੇ ਵਿੱਚ ਬੁਲਾ ਕੇ ਮਦਰਸ ਦੇ ਨਾਲ, ਪੇਰੈਂਟ ਟੀਚਰ ਨਹੀਂ, ਮਦਰ ਦੇ ਨਾਲ ਜੋ ਟੀਚਰਸ ਦੀ ਇੱਕ ਸਾਂਝ, ਜੋ ਉਹਨਾਂ ਦੀ ਮੀਟਿੰਗ ਹੋਣੀ ਮੰਥਲੀ ਜ਼ਰੂਰੀ ਹੈ, ਜਿਹਦੇ ਵਿੱਚ ਉਹਨਾਂ ਨੂੰ ਚੰਗੇ ਦੱਸਿਆ ਜਾਵੇ ਕਿ ਜੇ ਤੁਹਾਡੇ ਘਰ ਵਿੱਚ ਇਹ ਚੀਜ਼ ਹੋ ਰਹੀ ਹੈ ਤਾਂ ਇਹਦੇ ਲਈ ਆਵਾਜ਼ ਚੁੱਕਣੀ ਚਾਹੀਦੀ ਹੈ। ਇਹ ਐਡਵੋਕੇਟਸ ਨੇ ਜਿਹੜੇ ਉਹ ਤੁਹਾਨੂੰ ਹੈਲਪ ਕਰ ਸਕਦੇ ਨੇ, ਤੇ ਇਹ ਸਮਾਜ ਸੇਵੀ ਸੰਸਥਾਵਾਂ ਤੁਹਾਨੂੰ ਸਮਾਜ ਵਿੱਚ ਵਾਪਸ ਖੜੇ ਕਰਨ 'ਚ ਮਦਦ ਕਰਨਗੀਆਂ। ਸੋ ਇਹ ਚੀਜ਼, ਪਹਿਲੀ ਗੱਲ ਤਾਂ ਮਦਰ ਨੂੰ ਉਸ ਵੇਲੇ ਤਿਆਰ ਕਰਨ ਦੀ ਲੋੜ ਹੈ ਜੋ ਕਿ ਬਹੁਤੀ ਵਾਰ ਡਿਪੈਂਡੈਂਟ ਹੁੰਦੀ, ਆਵਾਜ਼ ਨਹੀਂ ਚੁੱਕਦੀ। ਦੂਸਰੀ ਚੀਜ਼, ਜੀ ਜੀ, ਇੰਟਰਨੈਸ਼ਨਲ ਲੈਵਲ ਤੇ ਵੀ ਤੇ ਨੈਸ਼ਨਲ ਲੈਵਲ ਤੇ ਵੀ ਚੰਗੀ ਮਾੜੀ ਛੋਹ ਬਾਰੇ ਦੱਸਣਾ ਬੇਟੀਆਂ ਨੂੰ ਸ਼ੁਰੂ ਹੋ ਚੁੱਕਿਆ ਹੋਇਆ ਕੰਮ, ਜਿਸ ਨਾਲ ਉਹਨਾਂ ਨੂੰ ਅਵੇਅਰਨੈਸ ਹੋ ਜਾਂਦੀ ਹੈ। ਤੀਸਰੀ ਚੀਜ਼ ਬਹੁਤ ਜ਼ਰੂਰੀ ਹੈ, ਸਾਡੇ ਇੱਥੇ ਨੈਸ਼ਨਲ ਲੈਵਲ ਤੇ ਜੇ ਭਾਰਤ 'ਚ ਗੱਲ ਕਰਦੇ ਹਾਂ ਕਿ ਸਕੂਲਾਂ ਵਿੱਚ ਤੇ ਉਸ ਤੋਂ ਪਹਿਲਾਂ ਹੀ, ਬਲਕਿ ਜੇ ਦਾਖਲੇ ਤੋਂ ਪਹਿਲਾਂ ਬੱਚਿਆਂ ਨੂੰ ਸਰੀਰਕ ਪੱਖੋਂ ਤਗੜਾ ਕਰਨਾ ਕਿ ਉਹਨਾਂ ਨੂੰ ਸਪੋਰਟਸ ਵਿੱਚ ਜੂਡੋ, ਕਰਾਟੇ ਇਹ ਸਿਖਾਉਣਾ ਬਹੁਤ ਲਾਜ਼ਮੀ ਹੈ, ਤਾਂ ਕਿ ਜੇ ਉਹਨਾਂ ਤੇ ਕੋਈ ਇਸ ਤਰੀਕੇ ਦਾ ਹੱਲਾ ਬੋਲਣਾ ਸ਼ੁਰੂ ਕੀਤਾ ਹੋਇਆ ਤਾਂ ਉਹ ਸਕੂਲਸ ਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਯੋਗ ਹੋਣ। ਇਹ ਜ਼ਰੂਰੀ ਹੈ ਸਾਡੇ ਇੱਥੇ, ਇਹ ਉਹਨਾਂ ਨੂੰ ਸਿਖਾਉਣਾ ਚਾਹੀਦਾ। ਸੋ ਜੇ ਕੋਈ NRI ਵੀਰ ਭੈਣ ਚਾਹੇ, ਰੱਬ ਦਾ ਵਾਸਤਾ, ਜੇ ਕਬੱਡੀ ਤੁਸੀਂ ਬਹੁਤ ਕਰਾਈ, ਹੋਰ ਖੇਡਾਂ ਬੇਅੰਤ ਕਰਾਈਆਂ ਨੇ, ਪਰ ਹੁਣ ਸਕੂਲ ਲੈਵਲ ਤੇ ਜਾਂ ਪਿੰਡ ਲੈਵਲ ਤੇ ਜੂਡੋ, ਕਰਾਟੇ ਦੇ ਸੈਂਟਰ ਜ਼ਰੂਰੀ ਖੋਲਣੇ ਚਾਹੀਦੇ ਨੇ ਬੇਟੀਆਂ ਵਾਸਤੇ। ਫਿਰ ਅੱਗੋਂ ਜ਼ਰੂਰੀ ਆਉਂਦਾ ਜੇ, ਕਿਉਂਕਿ ਸਾਡੇ ਇੱਥੇ NGO ਲਗਭਗ ਫੇਲ ਹੋਏ ਪਏ ਨੇ, ਮੈਂ ਤਾਂ ਇਹ ਜ਼ਿਕਰ ਕੀਤਾ, ਜੋ ਨੈਸ਼ਨਲ ਪੱਧਰ ਤੇ ਅੰਤਰਰਾਸ਼ਟਰੀ ਹੀ ਸੰਸਥਾਵਾਂ ਵੱਲੋਂ ਸੁਝਾਏ ਨੁਕਤੇ ਨੇ, ਕਿਉਂਕਿ ਇੱਥੇ ਤੁਹਾਡੇ ਆਪਣੇ ਲੋਕ ਇਨਵੋਲਵਡ ਹੁੰਦੇ ਨੇ, ਖਾਸ ਕਰ ਜਿਵੇਂ ਅਸੀਂ ਦੱਸਿਆ ਇੱਥੇ ਹਾਈ ਅਫੀਸ਼ੀਅਲਸ ਵਿੱਚ ਇਨਵੋਲਵਡ ਹੁੰਦੇ ਨੇ। ਸੋ ਜ਼ਮੀਨੀ ਪੱਧਰ ਤੇ ਜੇ ਅਸੀਂ ਇਹ ਕੰਮ ਕਰੀਏ ਕਿ ਬੇਟੀਆਂ ਦੀ ਪੜ੍ਹਾਈ ਮੁਫਤ ਹੋਵੇ, ਉਹਨਾਂ ਨੂੰ ਕਿੱਤਾ ਮੁਹੱਈਆ ਕਰਵਾਉਣ ਯੋਗ ਸਿੱਖਿਆ ਦਿੱਤੀ ਗਈ ਹੋਵੇ ਤਾਂ ਕਿ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ, ਫਿਰ ਉਹਨਾਂ ਨੂੰ ਹੀ ਇਸ ਚੀਜ਼ ਦੀ ਜਾਣਕਾਰੀ, ਜਿੱਥੇ ਚੰਗੀ ਮਾੜੀ ਛੋਹ ਦੀ ਸੀ, ਜਾਣਕਾਰੀ ਹੋਵੇ ਕਿ ਬੇਟੇ ਕੁਛ ਬਣ ਕੇ ਪੈਰਾਂ ਤੇ ਖੜੇ ਹੋ ਕੇ ਜਾਓ, ਬਾਹਰ ਜੇ ਜਾਣਾ ਜ਼ਰੂਰ ਜਾਓ, ਪਰ ਇਸ ਤਰੀਕੇ ਜਾਣਾ, ਗਲਤ ਤਰੀਕੇ ਜਾਣਾ ਤੁਹਾਡਾ ਮਿਸਯੂਜ਼ ਹੋ ਸਕਦਾ। ਇਹ ਅਵੇਅਰਨੈਸ ਕੈਂਪੇਨਸ ਹਰ ਸਕੂਲ ਵਿੱਚ ਤੇ ਪਿੰਡ ਪੱਧਰ ਤੇ ਸੱਥਾਂ ਦੇ ਵਿੱਚ ਇਹ ਦੇਣੀ ਜਾਣਕਾਰੀ ਬਹੁਤ ਜ਼ਰੂਰੀ ਹੈ। ਉਸ ਲਈ ਵਲੰਟੀਅਰਸ ਹੁੰਦੇ ਨੇ ਜਿਹੜੇ ਇਸ ਵੇਲੇ ਲੋੜ ਹੈ, ਕਈ ਨੇ ਵਲੰਟੀਅਰਸ ਜਿਹੜੇ ਪਿੰਡ ਪੱਧਰ ਤੇ ਇਹੋ ਜਿਹੀ ਗੱਲ ਤੇ ਜਾਣਕਾਰੀ ਦਿੰਦੇ ਪਏ ਨੇ, ਪਰ ਉਹ
ਕਿਉਂਕਿ ਪੂਰੀ ਜਾਣਕਾਰੀ ਉਹਨਾਂ ਨੂੰ ਆਪ ਨਹੀਂ ਹੁੰਦੀ ਤੇ ਇੱਕ ਫਾਈਨੈਂਸ਼ੀਅਲੀ ਉਹ ਸਾਊਂਡ ਨਹੀਂ ਹੁੰਦੇ ਸੋ ਇਸ ਕਰਕੇ ਉਹ ਥੋੜਾ ਜਿਹਾ ਪਿਛਾਂ ਰਹਿ ਰਿਹਾ ਪਰ ਅਸੀਂ ਬਤੌਰ ਜੋ ਯੂਜ਼ ਕਰ ਸਕਦੇ ਹਾਂ ਇਸ ਵੇਲੇ ਏਐਨਐਮਸ ਹੈਗੀਆਂ ਨੇ ਹੈਲਥ ਵਰਕਰਸ ਹੈਗੇ ਨੇ ਜਿਨ੍ਹਾਂ ਰਾਹੀਂ ਇਹ ਜਾਣਕਾਰੀ ਬਿਨਾਂ ਇੱਕ ਪੈਸਾ ਧੇਲਾ ਵੀ ਖਰਚਿਆ ਕਿਉਂਕਿ ਤੁਹਾਡਾ ਪ੍ਰੋਗਰਾਮ ਵੱਡੀ ਪੱਧਰ ਤੇ ਦੇਖਿਆ ਜਾਂਦਾ ਹੈ ਸੋ ਜੇ ਸਰਕਾਰੀ ਪੱਧਰ ਤੱਕ ਆਵਾਜ਼ ਪਹੁੰਚਦੀ ਹੋਏ ਤਾਂ ਅਸੀਂ ਬੜੀ ਵੱਡੀ ਮਨੁੱਖਤਾ ਦੀ ਸੇਵਾ ਕਰ ਰਹੇ ਹੋਵਾਂਗੇ ਜਿੱਥੇ ਇਹ ਹੈਲਥ ਵਰਕਰਸ ਆਲਰੇਡੀ ਗਵਰਨਮੈਂਟ ਦੇ ਵੱਲੋਂ ਪੇ ਲੈ ਰਹੇ ਨੇ ਪਿੰਡ ਪਿੰਡ ਵਿੱਚ ਇਹਨਾਂ ਨੂੰ ਜਾਣਕਾਰੀ ਇਹ ਹਰ ਟੱਬਰ ਬਾਰੇ ਪਤਾ ਹੈ ਪੱਠਿਆਂ ਤੱਕ ਵੀ ਇਹ ਜਾ ਰਹੇ ਨੇ ਸੜਕਾਂ ਤੇ ਕੰਮ ਕਰਨ ਵਾਲਿਆਂ ਤੱਕ ਵੀ ਇਹਨਾਂ ਦੀ ਪਹੁੰਚ ਹੈ ਸੋ ਉਸ ਪੱਧਰ ਤੱਕ ਜੇ ਅਸੀਂ ਇਹ ਅਵੇਅਰਨੈਸ ਕੈਂਪੇਨ ਲੈ ਜਾਈਏ ਜਿਨ੍ਹਾਂ 'ਚ ਬਹੁਤੀਆਂ ਇਹ ਔਰਤਾਂ ਹੀ ਨੇ ਤੇ ਇਹ ਕੰਮ ਵੀ ਬੜੀ ਲਗਨ ਨਾਲ ਕਰ ਰਹੀਆਂ ਨੇ ਤਾਂ ਮੇਰਾ ਖਿਆਲ ਹੈ ਅਸੀਂ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਸਕਾਂਗੇ ਫਿਰ ਵੀ ਜਿੱਥੋਂ ਤੱਕ ਮੈਂ ਇੱਕ ਚਾਈਲਡ ਸਪੈਸ਼ਲਿਸਟ ਹੁੰਦਿਆਂ ਹੋਇਆਂ ਦੱਸ ਰਹੀ ਹਾਂ ਕਿ ਸਾਰੇ ਬੱਚਿਆਂ ਦੀ ਪਹੁੰਚ ਨਹੀਂ ਹੈ ਵੱਡੇ ਹਸਪਤਾਲਾਂ ਤੱਕ ਜਾਣ ਦੀ ਸੋ ਸਾਨੂੰ ਜ਼ਰੂਰੀ ਹੈ ਡਾਕਟਰਾਂ ਵੱਲੋਂ ਵੀ ਕਿ ਸਾਈਕੈਟ੍ਰਿਸਟ ਹੋਣ ਸਾਈਕੋਲੋਜਿਸਟ ਹੋਣ ਜਾਂ ਚਾਈਲਡ ਸਪੈਸ਼ਲਿਸਟ ਇਹ ਵੀਕਲੀ ਮੰਥਲੀ ਕੁਛ ਵੀ ਬਣਾ ਕੇ ਜੇ 10-10 ਪਿੰਡ ਵੀ ਇਸ ਤਰ੍ਹਾਂ ਹੌਲੀ ਹੌਲੀ ਕਵਰ ਕਰਨ ਲੱਗ ਜਾਣ ਤਾਂ ਅਸੀਂ ਬਹੁਤ ਸੌਖਿਆਂ 6 ਮਹੀਨੇ ਵਿੱਚ ਸਾਰਾ ਪੰਜਾਬ ਕਵਰ ਕਰ ਸਕਦੇ ਹਾਂ ਸੋ ਇਹ ਚੀਜ਼ ਦੀ ਇਸ ਵੇਲੇ ਲੋੜ ਹੈ ਡਾਕਟਰ ਸਾਹਿਬ ਗੱਲ ਉੱਥੇ ਫਿਰ ਆ ਗਈ 135-140 ਕਰੋੜ ਦਾ ਦੇਸ਼ ਹੈ ਆਪਾਂ ਇੱਕ ਵਾਰੀ ਬੱਚਿਆਂ ਨੂੰ ਅੱਡ ਕਰ ਦਿੰਦੇ ਬੱਚੀਆਂ ਦੀ ਗੱਲ ਕਰਦੇ ਹਾਂ ਕਿ ਗੱਲ ਤਾਂ ਘੰਟੀ ਬੰਨਣ ਵਾਲੀ ਆ ਗਈ ਨਾ ਕਿ ਹਰ ਜਗ੍ਹਾ ਡਾਕਟਰ ਹਰਸ਼ਿੰਦਰ ਕੌਰ ਨਹੀਂ ਹੋ ਸਕਦੀ ਗੱਲ ਉੱਥੇ ਆ ਗਈ ਕਿ ਇਹ ਗੌਰਮੈਂਟ ਕੋਈ ਰੂਲ ਕੱਢ ਸਕਦੀ ਹੈ ਕਿ ਜਿਹੜੀ ਜਦੋਂ ਹਾਈ ਸਕੂਲ 'ਚ ਆ ਐਲੀਮੈਂਟਰੀ ਸਕੂਲ ਹਾਈ ਸਕੂਲ ਦੀ ਲਾ ਲਓ ਜਿਹੜੀ ਪ੍ਰਿੰਸੀਪਲ ਹੋ ਗਈ ਆ ਉਹਨਾਂ ਦੇ ਜਿਹੜੇ ਟੀਚਰਸ ਹੋਣਗੀਆਂ ਉਹਨਾਂ ਨੂੰ ਬਕਾਇਦਾ ਇੰਸਟਰਕਸ਼ਨਸ ਹੋਣ ਕਿ ਤੁਸੀਂ ਇੱਕ ਪੀਰੀਅਡ ਜਿਹੜਾ ਹੈਗਾ ਇੱਕ ਸੈਸ਼ਨ ਬੱਚੀਆਂ ਨਾਲ ਇਸ ਮੁੱਦੇ 'ਤੇ ਹੀ ਲਾਉਣਾ ਰੋਜ਼ ਦਾ ਲਾਉਣਾ ਕਿ ਤੁਸੀਂ ਆਹ ਸਟੈਪ ਸਹੀ ਹੈ ਅਤੇ ਆਹ ਗਲਤ ਹੈ ਅਤੇ ਤੁਸੀਂ ਕੁਛ ਬਣ ਕੇ ਹੀ ਅੱਗੇ ਨਿਕਲਣਾ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਜੋ ਮਰਜ਼ੀ ਕਰਿਓ ਉਹਦੇ ਵਿੱਚ ਜ਼ਿਆਦਾ ਰਿਸਪੈਕਟ ਗੇਨ ਕੀਤੀ ਜਾ ਸਕਦੀ ਹੈ ਇਹ ਇਸ ਕਰਕੇ ਇਹ ਚੀਜ਼ ਇਸ ਵੇਲੇ ਸਫਲ ਨਹੀਂ ਹੋਈ ਕਿਉਂਕਿ ਘੱਟੋ ਘੱਟ 61 ਟੀਚਰਸ ਨੇ ਜਿਨ੍ਹਾਂ ਦੀ ਗੱਲ ਸਾਹਮਣੇ ਆ ਚੁੱਕੀ ਜਿਨ੍ਹਾਂ ਵਿੱਚ ਪ੍ਰਿੰਸੀਪਲਸ ਵੀ ਸ਼ਾਮਲ ਨੇ ਜਿਨ੍ਹਾਂ ਨੇ ਬੇਟੀਆਂ ਦਾ ਬਲਾਤਕਾਰ ਕੀਤਾ ਸਕੂਲ ਦੇ ਵਿੱਚ ਜਿਹੜੀਆਂ ਇਹ ਪੜ੍ਹਨ ਆ ਰਹੀਆਂ ਸੀ ਇਸੇ ਕਰਕੇ ਇਹੋ ਜਿਹੇ ਸੈਸ਼ਨਸ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਹੈ ਹੋਣੇ ਚਾਹੀਦੇ ਨੇ ਪਰ ਇਹ ਸੈਸ਼ਨਸ ਅੰਡਰ ਕੈਮਰਾ ਕਵਰੇਜ ਹੋਣੀ ਚਾਹੀਦੀ ਨੇ ਤਾਂ ਕਿ ਇਹ ਪ੍ਰੋਪਰ ਪਤਾ ਲੱਗੇ ਵੀ ਇਹ ਠੀਕ ਟੀਚਿੰਗ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਅਵੇਅਰਨੈਸ ਪ੍ਰੋਪਰ ਹੋ ਰਹੀ ਹੈ ਕਿ ਨਹੀਂ ਪਰ ਮੈਂ ਇਸੇ ਲਈ ਕਿਹਾ ਸੀ ਚੰਗੀ ਛੋ ਮਾੜੀ ਛੋ ਦੇ ਬਾਰੇ ਵੀ ਪਤਾ ਹੋਣਾ ਬੇਟੀਆਂ ਨੂੰ ਜ਼ਰੂਰੀ ਹੈ ਪਰ ਜਦੋਂ ਸਰੀਰਕ ਪੱਖੋਂ ਤਗੜੀਆਂ ਹੋਣਗੀਆਂ ਇਹੋ ਜਿਹੇ ਐਡਵਾਂਸਸ ਜੋ ਹੁੰਦੇ ਨੇ ਮੂੰਹ ਤੋੜ ਜਵਾਬ ਦੇ ਸਕਦੀਆਂ ਨੇ ਸੋ ਇਹ ਇੱਕ ਗਰੁੱਪ ਯਾਨੀ ਤਰੀਕਾ ਇਹੋ ਹੈ ਕਿ ਚਾਰੇ ਪਾਸਿਓਂ ਜੇ ਜਕੜਨਾ ਹੈ ਤਾਂ ਅਸੀਂ 100% ਤਾਂ ਕਦੇ ਵੀ ਕਿਸੇ ਚੀਜ਼ 'ਚ ਸਫਲਤਾ ਨਹੀਂ ਪਾ ਸਕਦੇ ਪਰ ਮੈਨੂੰ ਲੱਗਦਾ ਹੈ ਤੁਹਾਡੇ ਅੱਜ ਦੇ ਪ੍ਰੋਗਰਾਮ ਬਾਅਦ ਜੇ 10% ਵੀ ਅਸੀਂ ਕਰਨ ਜੋਗੇ ਹੋ ਜਾਈਏ ਤਾਂ ਬਹੁਤ ਵੱਡੀ ਇਹ ਮਨੁੱਖਤਾ ਦੀ ਸੇਵਾ ਹੋਏਗੀ ਦੇਖੋ ਜੀ ਸਾਡੇ ਵੱਲੋਂ ਕੋਸ਼ਿਸ਼ ਜ਼ਰੂਰੀ ਹੈ ਇਹ ਜਿਹੜਾ ਡਾਕਟਰਸ ਡੇ ਮਨਾਇਆ ਗਿਆ ਇੰਡੀਆ ਦੇ ਵਿੱਚ ਜਿਹੜੇ ਡਾਕਟਰ ਸਾਹਿਬ ਸੀ ਵੈਸਟ ਬੰਗਾਲ ਅਤੇ ਉਹਨਾਂ ਦੇ ਨਾਂ 'ਤੇ ਮਨਾਇਆ ਜਾਂਦਾ ਹੈ ਅਤੇ ਅਸੀਂ ਅੱਜ ਤਿੰਨੇ ਦਿਨ ਇਸ ਵੀਕ ਦੇ ਅਸੀਂ ਡਾਕਟਰ ਰਸ਼ਪਾਲ ਸਿੰਘ ਬਾਜਵਾ ਜਿਹੜੇ ਕਿ ਉਹਨਾਂ ਨੇ ਆਪਦਾ ਸਬਜੈਕਟ ਰੱਖਿਆ ਪੋਲਿਊਸ਼ਨ ਦੇ ਉੱਤੇ ਅਤੇ ਕੱਲ੍ਹ ਸਾਡੇ ਨਾਲ ਸੀਗੇ ਮਾਨਯੋਗ ਡਾਕਟਰ ਸਾਹਿਬ ਤੁਹਾਡੇ ਬੜੇ ਉਹ ਕਰੀਬ ਨੇ ਪਿਆਰੇ ਲਾਲ ਜੀ ਗਰਗ ਉਹਨਾਂ ਨੇ ਬਹੁਤ ਵਧੀਆ ਕਵਰ ਕੀਤਾ ਤਾਂ ਅੱਜ ਡਾਕਟਰ ਹਰਸ਼ਿੰਦਰ ਕੌਰ ਅਸੀਂ ਆਪਦੀ ਜ਼ਿੰਮੇਵਾਰੀ ਪੂਰੀ ਦ੍ਰਿੜਤਾ ਨਾਲ ਨਿਭਾ ਰਹੇ ਹਾਂ ਜੇ ਅਸੀਂ 10-15% ਵੀ ਕੋਈ ਸੁਧਾਰ ਲਾ ਸਕੀਏ ਤਾਂ ਅਸੀਂ ਆਪਦੇ ਆਪ ਨੂੰ ਸੁਭਾਗਿਆਸ਼ਾਲੀ ਸਮਝਾਂਗੇ ਡਾਕਟਰ ਸਾਹਿਬ ਭਾਜੀ ਇੱਕ ਮੈਂ ਸਿਰਫ ਆਖਰੀ ਜਾਂਦੇ ਜਾਂਦੇ ਸੁਨੇਹਾ ਦੇਣਾ ਚਾਹੁੰਦੀ ਹਾਂ ਐਟਲੀਸਟ ਅੱਜ ਦੇ ਦਿਨ ਇਸ ਪ੍ਰੋਗਰਾਮ 'ਚ ਇੱਕ ਤਾਂ ਅਹਿਦ ਕਰ ਸਕਦੇ ਹਾਂ ਕਿ ਮੰਗਣ ਵਾਲਿਆਂ ਨੂੰ ਪੈਸਾ ਦੇਣਾ ਅੱਜ ਤੋਂ ਹੀ ਬੰਦ ਕਰ ਦਈਏ ਸਾਡੇ 10% ਬੱਚੇ ਚੁੱਕੇ ਜਾਣੇ ਬਚ ਜਾਣਗੇ ਰੱਬ ਦਾ ਵਾਸਤਾ ਪਏ ਤਾਂ ਆਪਣੇ ਹੱਥ ਹੈ ਤਾਂ ਕਰ ਹੀ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਅੱਜ ਵਕਤ ਦੀ ਇਜਾਜ਼ਤ ਨਹੀਂ ਦੇ ਰਹੇ ਹਾਲੇ ਕੁਐਸਚਨ ਮੇਰੇ ਕੋਲ ਇਸੇ ਵਿਸ਼ੇ 'ਤੇ ਹੋਰ ਸੀ ਪਰ ਆਪਾਂ ਸੈਸ਼ਨ ਲਾਵਾਂਗੇ ਕਿਉਂਕਿ ਇੱਕ ਥੋੜ੍ਹਾ ਜਿਹਾ ਸਬਜੈਕਟ ਇਸ ਚੀਜ਼ ਤੋਂ ਹਟ ਕੇ ਆ ਅਗਲੇ ਹਫ਼ਤੇ ਆਪਾਂ ਜ਼ਰੂਰ ਇੱਕ ਸੈਸ਼ਨ ਲਾਵਾਂਗੇ ਤੁਸੀਂ ਅੱਜ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਦਾ ਪੂਰਾ ਖਿਆਲ ਰੱਖਣਾ ਦਰਸ਼ਕੋ ਇਹ ਸਨ ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਤੋਂ ਸਾਡੇ ਨਾਲ ਜੁੜੇ ਹੋਏ ਬਹੁਤ ਸੋਹਣਾ ਇਲੈਬਰੇਸ਼ਨ ਕੀਤਾ ਉਹਨਾਂ ਨੇ ਹਰ ਚੀਜ਼ 'ਤੇ ਕੱਲ੍ਹਾਂ ਸਾਨੂੰ ਅੱਜ ਵੀ ਆ ਰਹੀਆਂ ਹਾਲੇ ਵੀ ਸਕਰੀਨ ਭਰੀ ਹੋਈ ਹੈ ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ ਥਰਡ ਵੇਰੀਐਂਟ ਦੀ ਗੱਲ ਵੀ ਚੱਲ ਰਹੀ ਹੈ ਤੁਸੀਂ ਆਪਣਾ ਪੂਰਾ ਖਿਆਲ ਰੱਖਣਾ ਅਗਲੇ ਹਫ਼ਤੇ ਕਈ ਹੋਰ ਜਿਹੜੀਆਂ ਸ਼ਖਸੀਅਤਾਂ ਨਾਲ ਤੁਹਾਡੇ ਰੂਬਰੂ ਹੋਵਾਂਗੇ ਆਪਣਾ ਪੂਰਾ ਖਿਆਲ ਰੱਖਣਾ ਮੈਨੂੰ ਗੁਰਲਾਲ ਨੂੰ ਦੀ ਇਜਾਜ਼ਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਤੇ ਸ਼ਬਾ ਖੈਰ